ਕਿਤੇ ਡਾਲਰਾਂ ਦੀ ਮਹਿਕ 'ਚ ਨਾ ਗਵਾ ਜੇ ਪੰਜਾਬੀ, ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ। ਕਿਤੇ ਡਾਲਰਾਂ ਦੀ ਮਹਿਕ 'ਚ ਨਾ ਗਵਾ ਜੇ ਪੰਜਾਬੀ, ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ। ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ, ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ, ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ। ਪੰਜਾਬੀ ਬੋਲੀ ਦੀ ਗੱਲ ਕਰਨ ਵਾਸਤੇ ਪੰਜਾਬੀ ਬੋਲੀ ਦੇ ਵਿੱਚ ਅਤੇ ਪੰਜਾਬੀਆਂ ਦੇ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ, ਇੱਕ ਵਾਰ ਫਿਰ ਅੱਜ ਦਾ ਪ੍ਰੋਗਰਾਮ ਲੈ ਕੇ। ਅੱਜ ਦਾ ਪ੍ਰੋਗਰਾਮ ਖਾਸ ਹੋਏਗਾ ਸਾਡੇ ਦਰਸ਼ਕਾਂ ਵਾਸਤੇ, ਕਿਉਂਕਿ ਬਹੁਤ ਵੱਡੀਆਂ ਜਾਣਕਾਰੀਆਂ ਜਿਹੜੀਆਂ ਬਹੁਤ ਵੱਡੀਆਂ ਉਹ ਹੋਣਗੀਆਂ ਅਤੇ ਨਾਲ ਨਾਲ ਹੋਰ ਗੱਲਬਾਤ ਵੀ ਹੋਊਗੀ, ਮਹਿਮਾਨ ਮੇਰੇ ਨਾਲ ਜੁੜਨਗੇ। ਪਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਅੱਜ ਦਾ ਦਿਹਾੜਾ ਜੋ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ, ਜੂਨ 84 ਦਾ ਘੱਲੂਘਾਰਾ ਹੋਇਆ ਸੀਗਾ, ਇਹ ਸਾਡੇ ਜਿਹੜਾ ਵੀਕ ਹੈ ਤਕਰੀਬਨ ਉਸ ਘੱਲੂਘਾਰੇ ਨੂੰ ਸਮਰਪਿਤ ਹੈ। ਸਾਡੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਸਪੈਸ਼ਲ ਅਸੀਂ ਕੀਤੇ ਨੇ ਉਹਨਾਂ ਹਸਤੀਆਂ ਦੇ ਨਾਲ, ਉਹਨਾਂ ਮਹਾਨ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਨੇ ਕੌਮ ਦੀਆਂ, ਉਹਨਾਂ ਦੇ ਨਾਲ ਜਿਨ੍ਹਾਂ ਦੇ ਪਰਿਵਾਰ ਅੰਦਰ ਸੀ ਸ਼ਹੀਦ ਹੋਏ ਨੇ, ਖਾਸ ਤੌਰ 'ਤੇ ਭਾਈ ਅਮਰੀਕ ਸਿੰਘ ਜੀ ਜੋ ਕਿ ਸੰਤ ਭਿੰਡਰਾਂਵਾਲਾ ਦੀ ਸੱਜੀ ਬਾਂਹ ਸੀ, ਉਹਨਾਂ ਦੇ ਬੇਟੇ ਦੀ ਅਤੇ ਉਹਨਾਂ ਦੀ ਧਰਮ ਪਤਨੀ ਦੀ ਇੰਟਰਵਿਊ ਤੁਸੀਂ ਜਸ ਪੰਜਾਬੀ 'ਤੇ ਦੇਖ ਰਹੇ ਹੋ, ਨਾਲ ਦੀ ਨਾਲ ਦੇਖੋਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ। ਸੋ ਅਸੀਂ ਵੀ ਸਭ ਤੋਂ ਪਹਿਲਾਂ ਪ੍ਰੋਗਰਾਮ ਅੱਜ ਦਾ ਸ਼ੁਰੂ ਕਰਨ ਤੋਂ ਪਹਿਲਾਂ ਪੂਰੇ ਜਿਹੜੇ 84 ਦੇ ਸ਼ਹੀਦ ਜਾਂ ਸਾਡੀ ਕੌਮ ਦੇ ਜਿੰਨੇ ਵੀ ਸ਼ਹੀਦ ਨੇ ਸਭ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਜਸ ਪੰਜਾਬ ਬ੍ਰੌਡਕਾਸਟ ਵੱਲੋਂ ਬਹੁਤ ਸੰਗਤਾਂ ਦੇ ਨਾਲ ਜਿਹੜਾ ਹੈਗਾ ਬਹੁਤ ਬਹੁਤ ਸ਼ੁਭਕਾਮਨਾਵਾਂ ਪੇਸ਼ ਕਰਦੇ ਹਾਂ ਜੀ। ਹੁਣ ਅੱਜ ਦੇ ਪ੍ਰੋਗਰਾਮ ਦੀ ਜੇ ਗੱਲ ਕਰੀਏ ਜੀ, ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਉਹ ਦੇਖਣਗੇ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਵੀ ਕਿ ਮਹਿਮਾਨ ਜਿਹੜੀ ਮੈਂ ਗੱਲ ਕੀਤੀ ਸੀ, ਮਹਿਮਾਨ ਸਾਡੇ ਨਾਲ ਜੁੜਨਗੇ ਅਤੇ ਨਾਲ ਦੀਪਕ ਜੀ ਕੈਮਰਾ ਸ਼ਿਫਟ ਕਰ ਦਿਓ 1 ਨੰਬਰ, ਅਤੇ ਨਾਲ ਮਹਿਮਾਨ ਜਿਹੜੇ ਜੁੜਨਗੇ ਜੀ ਉਹ ਡਾਕਟਰ ਗੁਰਪ੍ਰੀਤ ਸਿੰਘ ਤੁੱਗਾ ਉਹਨਾਂ ਦਾ ਨਾਮ ਹੈ। ਗੱਲ ਕਰੀਏ ਤਾਂ ਉਹਨਾਂ ਕੋਲ ਹਰ ਤਰ੍ਹਾਂ ਦੀ ਜਾਣਕਾਰੀ ਸਾਨੂੰ ਪ੍ਰਾਪਤ ਹੋਏਗੀ। ਜੇ ਅਸੀਂ ਗੱਲ ਕਰੀਏ ਸਿਹਤ ਦੀ ਤਾਂ ਸਿਹਤ ਦੀ ਜਾਣਕਾਰੀ ਵੀ ਪ੍ਰਾਪਤ ਹੋਏਗੀ, ਜੇ ਅਸੀਂ ਗੱਲ ਕਰੀਏ ਸੱਭਿਆਚਾਰ ਦੀ ਜਾਣਕਾਰੀ ਵੀ ਪ੍ਰਾਪਤ ਹੋਏਗੀ, ਜੇ ਅਸੀਂ ਗੱਲ ਕਰੀਏ ਸਾਹਿਤ ਦੀ ਤਾਂ ਉਹ ਵੀ ਉਹਨਾਂ ਦੇ ਵਿੱਚ ਰੰਗ ਕੁੱਟ ਕੁੱਟ ਕੇ ਭਰਿਆ ਹੋਇਆ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਜੀ, ਬਹੁਤ ਸਾਰੇ ਘੱਟ ਲੋਕ ਐਸੇ ਹੁੰਦੇ ਨੇ ਬਹੁਤ ਘੱਟ ਕੇ ਜਿਨ੍ਹਾਂ ਦੇ ਵਿੱਚ ਪਰਮਾਤਮਾ ਵੱਲੋਂ ਕਈ ਕਈ ਗੁਣ ਭਰੇ ਹੁੰਦੇ ਨੇ। ਸੋ ਡਾਕਟਰ ਗੁਰਪ੍ਰੀਤ ਸਿੰਘ ਤੁੱਗਾ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਨਰਲ, ਅੱਜ ਦਾ ਪ੍ਰੋਗਰਾਮ ਰਿਕਾਰਡਡ ਜਿਹੜਾ ਤੁਹਾਡੇ ਰੂਬਰੂ ਕਰ ਰਹੇ ਹਾਂ ਜੀ। ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਸਭ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਭਾਜੀ, ਦਰਸ਼ਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ, ਅੱਜ ਤੁਸੀਂ ਸਾਡੇ ਨਾਲ ਪ੍ਰੋਗਰਾਮ ਜਿਹੜਾ ਕਰ ਰਹੇ ਹੋ ਬੜਾ ਵਧੀਆ ਲੱਗ ਰਿਹਾ, ਅਤੇ ਅਸੀਂ ਜ਼ਰੂਰ ਪਹਿਲਾਂ ਪ੍ਰੋਗਰਾਮ ਤੋਂ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹਾਂਗੇ ਜੀ ਜੂਨ 84 ਦੇ ਜਿਹੜੇ ਸਾਡੀ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਸੀ। ਹਾਂਜੀ ਬਿਲਕੁਲ ਜੀ, ਇਹ ਸਾਡਾ ਜਿਹੜਾ ਵੀਕ ਹੈ ਇਹ ਸਾਡੇ ਇਤਿਹਾਸ 'ਚ ਜਿਵੇਂ ਹੋਰ ਬਹੁਤ ਸਾਰੇ ਇਹੋ ਜਿਹੇ ਇਵੈਂਟ ਹੋਏ ਜਿਹੜੇ ਕਦੇ ਕਦੇ ਭੁੱਲੇ ਨਹੀਂ ਜਾ ਸਕਦੇ, ਉਹਨਾਂ ਵਿੱਚ ਇਹ ਵੀ ਹੈ ਹਰ ਸਾਲ ਵੈਸੇ ਤਾਂ ਕਦੇ ਵੀ ਜੇਲ੍ਹ 'ਚੋਂ ਬਾਹਰ ਨਹੀਂ ਜਾਂਦਾ, ਪਰ ਇਹਦੇ ਨਾਲ ਬਹੁਤ ਸਾਡੀਆਂ ਯਾਦਾਂ, ਕਈਆਂ ਨੇ ਆਪਣੀ ਅੱਖੀਂ ਦੇਖਿਆ, ਕਈਆਂ ਨੇ ਸੁਣਿਆ, ਕਈਆਂ ਨੇ ਪੜ੍ਹਿਆ, ਤੇ ਇਹ ਇੱਕ ਨਾ ਭੁੱਲਣ ਵਾਲੀ ਹੈ ਤੇ ਭੁੱਲਣਾ ਚਾਹੀਦਾ ਵੀ ਨਹੀਂ, ਕਿਉਂਕਿ ਇਹ ਸਾਡਾ ਇਤਿਹਾਸ ਹੈ, ਇਹਦੇ 'ਚੋਂ ਆਪਾਂ ਸਿੱਖਣਾ, ਤੇ ਜਿਹੜੀ ਸਾਡੀ ਯੱਦੋ ਜਹਿਦ ਦਾ ਸਾਡਾ ਸੰਘਰਸ਼ ਹੈ ਉਹ ਅਜੇ ਵੀ ਅੱਜ ਵੀ ਜਾਰੀ ਹੈ, ਬਹੁਤੀਆਂ ਗੱਲਾਂ ਚੇਂਜ ਨਹੀਂ ਹੋਈਆਂ। ਪਰ ਸਾਰੇ ਸ਼ਹੀਦਾਂ ਨੂੰ ਜਿਹੜੇ ਉਸ ਵੀਕ ਦੇ ਵਿੱਚ ਦਰਬਾਰ ਸਾਹਿਬ, ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਉਸ ਮੂਵਮੈਂਟ ਨਾਲ ਰਿਲੇਟਡ ਸ਼ਹੀਦ ਹੋਏ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਪ੍ਰਣਾਮ, ਸ਼ਰਧਾਂਜਲੀ ਸਾਡੇ ਵੱਲੋਂ। ਜੀ ਬਿਲਕੁਲ, ਅਤੇ ਸਾਡੀ ਜਸ ਪੰਜਾਬੀ ਦੀ ਵੀ ਹੈ ਡਾਕਟਰ ਸਾਹਿਬ ਕੋਸ਼ਿਸ਼ ਹੈਗੀ, ਅਸੀਂ ਹਰ ਸਾਲ ਥੋੜ੍ਹਾ ਬਹੁਤ ਕੋਸ਼ਿਸ਼ ਕਰੀ ਦੀ ਕਰਨ ਦੀ। ਇਸ ਵਾਰ ਵੀ ਅਸੀਂ ਸਪੈਸ਼ਲ ਮੁਲਾਕਾਤਾਂ ਜਿਹੜੀਆਂ ਰਿਕਾਰਡ ਕੀਤੀਆਂ ਸਟੂਡੀਓ ਦੇ ਵਿੱਚ, ਜੋ ਅੱਜ ਕੱਲ੍ਹ ਸਾਡੇ ਦਰਸ਼ਕ ਦੇਖ ਰਹੇ ਨੇ, ਅੱਜ ਤੋਂ ਸ਼ੁਰੂ ਹੋਈਆਂ ਨੇ, ਮੰਗਲਵਾਰ ਤੋਂ ਔਰ ਸ਼ੁੱਕਰਵਾਰ ਤੱਕ ਜਾਰੀ ਰਹਿਣਗੀਆਂ, ਐਤਵਾਰ ਤੱਕ ਪ੍ਰੋਗਰਾਮ ਚੱਲਦੇ ਰਹਿਣਗੇ 84 ਨੂੰ ਸਮਰਪਿਤ। ਸੋ ਬੜਾ ਮੰਦਭਾਗਾ ਸੀਗਾ ਜੀ ਉਹ, ਇਹ ਆਪਾਂ ਵੈਸੇ ਅਸੀਂ ਅਕਸਰ ਗੱਲ ਕਰਦੇ ਹਾਂ, ਚਲੋ 47 ਦੀ ਗੱਲ ਕਰੀਏ, ਅਤੇ ਉਦੋਂ ਵੀ ਆਪਣੇ ਜਿਹੜੇ ਵੱਢਣ ਵਢਾਉਣ ਵਾਲੇ ਗੱਡੇ ਜਾਂਦੇ ਸੀ ਸਿਰਾਂ ਦੇ, ਅਤੇ ਉਦੋਂ ਵੀ ਇਹ ਕਹਿੰਦੇ ਸੀਗੇ ਵੀ ਜੋ ਪੁੱਛਦਾ ਸੀ ਭਾਈ ਕਿਸੇ ਦਾ ਕਸੂਰ ਤਾਂ ਦੱਸੋ, ਉਦੋਂ ਵੀ ਇਹ ਕਹਿੰਦੇ ਸੀ ਸਾਨੂੰ ਕੁਛ ਨਹੀਂ ਪਤਾ, ਇਹ ਉੱਪਰੋਂ ਹੁਕਮ ਹੈ। 84 ਦੀ ਗੱਲ ਕਰੀਏ ਤਾਂ ਉਦੋਂ ਵੀ ਡਾਕਟਰ ਸਾਹਿਬ ਇਹੀ ਸੀ, ਸਾਰੇ ਆਪਣੇ ਪੰਜਾਬੀ ਪੁਲਿਸ ਵਾਲੇ ਮਿਲਟਰੀ ਵਾਲੇ ਵਿੱਚ ਕਿ ਪੰਜਾਬੀ ਸੀਗੇ, ਅਤੇ ਉਹਨੂੰ ਪੁੱਛਦੇ ਸੀ ਵੀ ਕਾਰਨ ਤਾਂ ਦੱਸੋ ਇਸ ਚੀਜ਼ ਦਾ, ਅਤੇ ਉਹਨਾਂ ਦਾ ਵੀ ਜਵਾਬ ਸੀ ਇਹ ਉੱਪਰੋਂ ਹੁਕਮ ਨੇ। ਇਹ ਉੱਪਰੋਂ ਜਿਹੜੀ ਚੀਜ਼ ਹੈਗੀ ਆ, ਹਮੇਸ਼ਾ ਆਮ ਲੋਕਾਂ ਦੇ ਵਿੱਚ ਵੀ ਲੜਾਈ ਜਿਹੜੀ ਉੱਪਰੋਂ ਹੀ ਪੈਂਦੀ ਹੈ, ਧਰਮਾਂ ਦੀ ਲੜਾਈ ਵੀ ਉੱਪਰੋਂ ਹੀ ਪਾਉਂਦੇ ਨੇ, ਅਤੇ ਇਹ ਕਹਿਣ ਨੂੰ ਹੋ ਜਾਂਦਾ ਜੀ ਇਹ ਹਿੰਦੂ ਸਿੱਖ ਆ ਅਤੇ ਅਟੈਕ ਹੋ ਗਿਆ ਅਤੇ ਇਹ ਹੋ ਗਿਆ ਉਹ ਹੋ ਗਿਆ, ਇਹ ਬਹੁਤ ਵੱਡੀ ਤ੍ਰਾਸਦੀ ਸਾਡੇ ਮੁਲਕ ਦੀ। ਬਿਲਕੁਲ ਸਹੀ ਹੈ ਜੀ, ਦੇਖੋ ਤੁਸੀਂ 47 ਦੀ ਗੱਲ ਕੀਤੀ ਆ, 47 ਤੋਂ ਪਹਿਲਾਂ ਜਾਂ ਇਤਿਹਾਸ ਜੋ ਤੋਂ ਆਜ਼ਾਦੀ ਵੇਲੇ, ਉਸ ਤੋਂ ਬਾਅਦ ਵੰਡ ਵੇਲੇ, 84 ਵੇਲੇ, ਅਤੇ ਜੱਗੀ ਭਾਈ ਜੀ ਤੁਸੀਂ ਦੇਖੋ ਤੇ ਅੱਜ ਵੀ ਤੇ ਹਾਲਾਤ ਉੱਦਾਂ ਦੇ ਬਣ ਰਹੇ ਆ, ਕਿਉਂਕਿ
ਸਾਡੀਆਂ ਜਿਹੜੀਆਂ ਇੱਕ ਜਾਇਜ਼ ਦੀਆਂ ਮੰਗਾਂ ਹੁੰਦੀਆਂ ਨਾ, ਜੇ ਤੁਸੀਂ ਇਹਨਾਂ ਦਾ ਥੋੜਾ ਜਿਹਾ ਇਤਿਹਾਸ ਦੇਖੋ ਕਿ ਸਾਰੀਆਂ ਮੂਵਮੈਂਟ ਜਾਂ 84 ਦੀ ਵੀ ਆਪਾਂ ਗੱਲ ਲਈਏ, ਜਦੋਂ ਇਹ ਲੇਟ 70s ਦੇ ਵਿੱਚ ਬਹੁਤ ਛੋਟੀ ਛੋਟੀਆਂ ਮੰਗਾਂ ਤੋਂ ਇਹ ਸ਼ੁਰੂ ਹੋਇਆ ਸੀ। ਅਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਕਰ ਲਈਏ, ਵਿਸਾਖੀ 1977 ਦੀ ਜਦੋਂ 13 ਸਿੰਘ ਸ਼ਹੀਦ ਹੋਏ, ਉਸ जी ਤੋਂ ਵੱਧਦੀ ਵੱਧਦੀ ਵੱਲ ਗੱਲ ਦੇਖੋ ਕਿੰਨੀ ਹੈ ਕਿ ਕਈ ਦਹਾਕੇ ਲੱਗ ਗਏ ਪੰਜਾਬ ਨੂੰ ਮੁੜ ਕੇ ਪੈਰਾਂ ਤੇ ਆਉਣ ਲਈ। ਅਜੇ ਵੀ ਉਹ ਗੱਲ ਨਹੀਂ ਬਣੀ। ਇਸੇ ਤਰ੍ਹਾਂ ਹੁਣ ਹੁਣ ਆਪਣੇ ਕਿਸਾਨ ਜਿਹਨੂੰ ਭਰਾ ਬੈਠੇ ਆ, ਗੱਲਬਾਤ ਵੀ ਨਹੀਂ ਹੋ ਰਹੀ। ਸੋ ਕਈ ਵਾਰੀ ਇਹ ਪਿੱਛੇ ਛੋਟੀ ਛੋਟੀਆਂ ਗੱਲਾਂ ਅੱਗੇ ਜਾ ਕੇ ਬਹੁਤ ਵੱਡੀਆਂ ਬਣਦੀਆਂ। ਸੋ ਪਰਮਾਤਮਾ ਕਰੇ ਸਭ ਕੁਛ ਠੀਕ ਰਹੇ। ਪਰ 84 ਨਾ ਤੁਸੀਂ 47 ਦੀ ਗੱਲ ਕੀਤੀ ਆ, ਆਪਣਾ ਇਤਿਹਾਸ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਸਾਡੀ ਬਹੁਤੀ ਵਾਰੀ ਸ਼ੁਰੂਆਤ ਇੱਥੇ ਹੀ ਹੁੰਦੀ ਹੈ ਕਿ ਬੜੀਆਂ ਜਾਇਜ਼ ਮੰਗਾਂ ਹੁੰਦੀਆਂ ਜੀ, ਤੇ ਉਸ ਤੋਂ ਬਾਅਦ ਸਾਡੇ ਬਹੁਤੇ ਬਲੀਦਾਨ ਵੀ ਸਾਡੇ ਸਿੰਘਾਂ ਦੇ ਸਾਡੇ ਭਰਾਵਾਂ ਦੇ ਹੁੰਦੇ ਆ, ਭਾਵੇਂ ਆਜ਼ਾਦੀ ਹੋਵੇ ਚਾਹੇ ਵੰਡ ਵੇਲੇ ਹੋਵੇ। ਕਸੂਰ ਵੀ ਸਾਡਾ ਨਹੀਂ ਹੁੰਦਾ, ਪਰ ਜਿਹੜਾ ਖਮਿਆਜ਼ਾ ਉਹ ਸਾਨੂੰ ਭੁਗਤਣਾ ਪਿਆ ਹੁਣ ਤੱਕ। ਜੀ ਬਿਲਕੁਲ, ਚਲੋ ਡਾਕਟਰ ਸਾਹਿਬ, ਇਹ ਸਾਰਾ ਕੁਝ ਜ਼ਿੰਦਗੀ ਜਿਹੜੀ ਹੈ, ਖਾਸ ਤੌਰ 'ਤੇ ਪੰਜਾਬ ਦੀ ਗੱਲ ਕਰੀਏ, ਸਿੱਖ ਕੌਮ ਦੀ ਗੱਲ ਕਰੀਏ, ਸ਼ੁਰੂ ਤੋਂ ਹੀ ਬਹੁਤ ਵੱਡੀਆਂ ਵੱਡੀਆਂ ਮੁਸੀਬਤਾਂ ਚੱਲਣੀਆਂ ਪਈਆਂ, ਅਤੇ ਉਹਨਾਂ ਮੁਸੀਬਤਾਂ ਦੇ ਵਿੱਚੋਂ ਬਾਖੂਬੀ ਪੰਜਾਬ ਵੀ ਨਿਕਲਿਆ ਅਤੇ ਸਾਡੀ ਸਿੱਖ ਕੌਮ ਵੀ ਨਿਕਲੀ ਹੈ। ਜਿਵੇਂ ਡਾਕਟਰ ਸਾਹਿਬ ਤੁਸੀਂ ਹੁਣ ਕਿਸਾਨ ਮੋਰਚੇ ਦੀ ਨਾਲ ਗੱਲ ਕੀਤੀ, ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕੀਤੀ ਹੈ, ਤੁਸੀਂ ਉੱਥੇ ਜਾ ਕੇ ਵੀ ਆਏ ਹੋ, ਅਸੀਂ ਜ਼ਰੂਰ ਅੱਜ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹਾਂਗੇ। ਅਤੇ ਕਿਸਾਨ ਮੋਰਚਾ ਬਹੁਤ ਵਧੀਆ ਚੱਲ ਰਿਹਾ, ਅਤੇ ਇਹਦੂ ਅੱਗੇ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਹਰਿਆਣਾ ਸਰਕਾਰ ਵੀ ਕਹਿ ਰਹੀ ਹੈ ਅਤੇ ਮੋਦੀ ਸਰਕਾਰ ਵੀ ਕਹਿ ਰਹੀ ਹੈ ਜੀ, ਕਰੋਨਾ ਜਿਹੜਾ ਪਿੰਡਾਂ ਦੇ ਵਿੱਚ ਗਿਆ ਹੈਗਾ, ਕਰੋਨਾ ਵਾਇਰਸ, ਉਹ ਕਿਸਾਨਾਂ ਦੀ ਬਦੌਲਤ ਗਿਆ, ਅਤੇ ਹਰਿਆਣਾ ਸਰਕਾਰ ਨੇ ਵੀ ਉਠਾਉਣ ਦੀ ਕੋਸ਼ਿਸ਼ ਕੀਤੀ, ਸਾਰਾ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ ਪਿੱਛੇ ਕੀ ਰਾਜਨੀਤੀ ਹੈ, ਜੇ ਵਾਕਿਆ ਹੀ ਇਹ ਚੀਜ਼ ਗੱਲ ਸੱਚ ਹੈ ਕਿ ਕਰੋਨਾ ਜਿਹੜਾ ਪਿੰਡਾਂ ਤੱਕ ਪਹੁੰਚਿਆ ਉਹ ਕਿਸਾਨਾਂ ਤੋਂ ਪਹੁੰਚਿਆ? ਬਿਲਕੁਲ ਗਲਤ ਗੱਲ ਹੈ ਜੀ। ਦੇਖੋ ਜੇ ਇਹ ਹੋਵੇ ਤੇ ਕਰੋਨਾ ਦਾ ਸਾਰੇ ਇੰਡੀਆ ਦੇ ਵਿੱਚ ਬੈਠਾ, ਸੋ ਮਹਾਰਾਸ਼ਟਰ ਦੇ ਵਿੱਚ ਦੇਖੋ ਕਿੰਨਾ, ਬੰਬੇ ਦੇ ਵਿੱਚ ਕਿੰਨਾ, ਇਕੱਲੇ ਦਿੱਲੀ ਦੇ ਇਲਾਕੇ ਜਾਂ ਹਰਿਆਣੇ 'ਚ ਨਹੀਂ ਹੈ, ਪੰਜਾਬ 'ਚ ਨਹੀਂ ਹੈ, ਯੂਪੀ 'ਚ, ਵੈਸਟ ਬੰਗਾਲ, ਪੰਜਾਬ ਦਾ, ਇੰਡੀਆ ਦਾ ਤਾਮਿਲਨਾਡੂ, ਕਿਹੜਾ ਹਿੱਸਾ ਹੈ ਜਿੱਥੇ ਕਰੋਨਾ ਦੀ ਮਾਰ ਜਿਹੜੀ ਉਹ ਨਹੀਂ ਪਈ? ਇਹ ਤਾਂ ਸਾਡੀ ਇੱਕ ਮਾਨਵਤਾ ਦੀ ਮਹਾਂਮਾਰੀ ਨਾਲ ਜੂਝਣ ਵਾਲੀ ਗੱਲ, ਇਹਨੂੰ ਪੋਲੀਟੀਕਲ ਇਸ਼ੂ ਨਹੀਂ ਬਣਾਉਣਾ ਚਾਹੀਦਾ ਸੀ। ਪਰ ਸਰਕਾਰ ਜਿਹੜੀ ਆ ਉਹ ਬਹਾਨੇ ਸ਼ੁਰੂ ਤੋਂ ਕੋਈ ਨਾ ਕੋਈ ਲੱਭ ਰਹੀ ਹੈ ਕਿ ਮੂਵਮੈਂਟ ਨੂੰ ਫੇਲ ਕੀਤਾ ਜਾਵੇ ਜਾਂ ਕਿਸਾਨਾਂ ਨੂੰ ਉੱਥੋਂ ਉਠਾਇਆ ਜਾਵੇ। ਉਹਦੇ ਨਾਲ ਇਹ ਕੜੀ ਨਾਲ ਇਹ ਵੀ ਕੜੀ ਜੁੜਦੀ ਹੈ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਦੋਂ ਕਰੋਨਾ ਦੇ ਜ਼ਿਆਦਾ ਉਦੋਂ ਸੀ ਕਿ ਉਹਨਾਂ ਨੂੰ ਉੱਥੋਂ ਉਠਾਇਆ ਜਾਵੇ ਜਾਂ ਉਹਨਾਂ ਕਰਕੇ ਆ ਜਾਵੇ ਹਰਿਆਣਾ ਜਾਂ ਹੋਰ ਇਲਾਕਿਆਂ 'ਚ ਫੈਲ ਰਿਹਾ, ਪਰ ਉਹ ਕਾਮਯਾਬ ਨਹੀਂ ਹੋ ਸਕੀ। ਪਰ ਇਹ ਤੋਂ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ, ਉਹਦੇ ਵਿੱਚ ਹੀ ਇਹ ਇੱਕ ਲੜੀ ਜੁੜਦੀ ਗੱਲ। ਹਾਂ ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਬਸ ਚੱਲਦਾ ਨਹੀਂ, ਔਰ ਸਰਕਾਰ ਨੂੰ ਨਹੀਂ ਸੀ ਉਮੀਦ ਵੀ ਇੰਨਾ ਅੱਗਿਓਂ ਇੰਨੀ ਏਕਤਾ ਰਹੇਗੀ, ਬੜੀ ਕੋਸ਼ਿਸ਼ ਕੀਤੀ ਭੰਨਣ ਦੀ ਤੋੜਨ ਦੀ। ਅਤੇ ਜਿਹੜਾ ਇਹ ਇੱਧਰਲੇ ਮੁਲਕਾਂ 'ਚ ਕਈ ਵਾਰੀ ਸਾਨੂੰ ਇਹ ਲੱਗਦਾ ਬੈਠਿਆਂ ਨੂੰ ਜੀ, ਉੱਥੇ ਵਾਕਿਆ ਹੀ ਕੋਈ ਨਾ ਕੋਈ ਤਰੇੜ ਪੈ ਰਹੀ ਆ ਮੋਰਚੇ ਦੇ ਵਿੱਚ, ਏਕਤਾ ਦੇ ਵਿੱਚ ਕੋਈ ਨਾ ਕੋਈ ਵਿਘਨ ਪੈ ਰਿਹਾ, ਅਤੇ ਉੱਥੇ ਤੁਸੀਂ ਜਾ ਕੇ ਆਏ ਹੋ, ਕਾਫੀ ਦੇਰ ਉੱਥੇ ਵਿਚਰੇ ਵੀ ਹੋ, ਤੁਸੀਂ ਉੱਥੇ ਸੰਬੋਧਨ ਵੀ ਕੀਤਾ ਹੈਗਾ, ਅਤੇ ਵਾਕਿਆ ਹੀ ਇਹੋ ਜਿਹੀ ਗੱਲ ਵਿੱਚ ਹੋਈ ਆ ਜਾਂ ਸਿਰਫ ਉਹ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਤਿੜਕ ਗਏ ਨੇ ਇਹ ਆਪਸ ਦੇ ਵਿੱਚ, ਪਾਟ ਗਏ ਨੇ ਇਹ ਜਿਹੜੀ ਕਿਸਾਨ ਜਥੇਬੰਦੀਆਂ? ਨਹੀਂ ਭਾਜੀ, ਇੱਦਾਂ ਦੀ ਨਹੀਂ ਕੋਈ ਗੱਲ, ਪਰ ਜਿਹੜੀਆਂ ਥੋੜੀਆਂ ਬਹੁਤੀਆਂ ਹੈ ਉਹ ਨੋਰਮਲ ਹੈ। ਤੇ ਜਦੋਂ ਵੀ ਕੋਈ ਬਹੁਤ ਵੱਡੀ ਮੂਵਮੈਂਟ ਜਾਂ ਵੱਡਾ ਮੋਰਚਾ ਚੱਲਦਾ ਹੈ, ਜਿਹਦੇ ਵਿੱਚ ਇੰਨੀਆਂ ਜ਼ਿਆਦਾ ਜਥੇਬੰਦੀਆਂ ਇਨਵੋਲਵ ਹੁੰਦੀਆਂ, ਆਗੂ ਇਨਵੋਲਵ ਹੁੰਦੇ ਆ, ਇਹ ਕੋਈ ਨਾ ਕੋਈ ਮਤਭੇਦ ਹੋਣਾ ਨੋਰਮਲ ਗੱਲ ਹੈ, ਘਰਾਂ 'ਚ ਹੋ ਜਾਂਦੇ ਆ, ਬੈਠਿਆਂ ਹੋਣੀ ਹੈ। ਪਰ ਜਿਹੜੀ ਗੱਲ ਇਹ ਹੈ ਕਿ ਸਾਰੇ ਫਿਰ ਵੀ ਉੱਥੇ ਇਕੱਠੇ ਆ, ਜਦੋਂ ਵੀ ਫੈਸਲਾ ਕਰਦੇ ਆ, ਮੀਟਿੰਗਾਂ ਹੁੰਦੀਆਂ ਸਾਂਝੀਆਂ ਇਕੱਠੀਆਂ ਹੁੰਦੀਆਂ, ਜਿਹੜੇ ਬੰਦੇ ਉੱਥੇ ਲੋਕ ਕਿਸਾਨ ਬੈਠੇ ਆ ਨਾ, ਜੇ ਤੁਸੀਂ ਉਹਨਾਂ ਨਾਲ ਗੱਲ ਕਰੋ, ਉਹਨਾਂ ਦੇ ਮਨ 'ਚ ਕੋਈ ਫਰਕ ਨਹੀਂ ਹੈ। ਉਹ ਜਦੋਂ ਭਾਵੇਂ ਉਹ ਦੋ ਸਟੇਜਾਂ ਵੀ ਜਿਹੜੀਆਂ ਆਪਾਂ ਕਹਿੰਦੇ ਉਹ ਸ਼ੁਰੂ ਤੋਂ ਹੀ ਨੇ, ਉੱਥੇ ਉਹ ਇੱਧਰ ਦੇ ਉੱਧਰ ਰਸਤਾ ਬਣਿਆ ਹੋਇਆ ਜਾਂਦੇ ਨੇ, ਕਿਸੇ 'ਚ ਕੋਈ ਫਰਕ ਨਹੀਂ ਹੈ। ਗੱਲ ਇਹ ਹੈ ਕਿ ਹਰ ਇੱਕ ਕੰਮ ਨੂੰ ਕਰਨ ਦਾ ਇੱਕ ਆਪੋ ਆਪਣਾ ਤਰੀਕਾ ਹੁੰਦਾ, ਜਦੋਂ ਤੱਕ ਆਪਾਂ ਗੋਲ ਸਾਡਾ ਨਿਸ਼ਾਨਾ ਸਾਹਮਣੇ ਹੋਵੇ ਤੇ ਉਹਨੂੰ ਪ੍ਰਾਪਤ ਕਰਨ ਲਈ ਜੇ ਆਪਾਂ ਆਪਸ ਵਿੱਚ ਗੱਲਬਾਤ ਰੱਖੀਏ ਤੇ ਕੋਆਰਡੀਨੇਸ਼ਨ ਹੋਵੇ, ਫਿਰ ਕੋਈ ਗੱਲ ਨਹੀਂ। ਸੋ ਇਹ ਥੋੜ੍ਹੀ ਬਹੁਤੀਆਂ ਗੱਲਾਂ ਹੈਗੀਆਂ ਜ਼ਰੂਰ ਨੇ, ਪਰ ਉਹਦਾ ਇੰਨਾ ਮੋਰਚੇ ਤੇ ਕੋਈ ਅਸਰ, ਜਿਹੜਾ ਫਾਰਮਲ ਪ੍ਰੋਟੈਸਟ ਤੇ ਕੋਈ ਅਸਰ ਨਹੀਂ ਪੈ ਰਿਹਾ। ਸੋ ਪੈਣਾ ਵੀ ਨਹੀਂ ਚਾਹੀਦਾ, ਆਮ ਲੋਕਾਂ ਨੂੰ ਇਹਨੂੰ ਬਹੁਤਾ ਉਛਾਲਣਾ ਵੀ ਨਹੀਂ ਚਾਹੀਦਾ, ਸਪੈਸ਼ਲੀ ਸੋਸ਼ਲ ਮੀਡੀਆ ਤੇ, ਕਿਉਂਕਿ ਜਿਹੜੇ ਆਗੂ ਨੇ ਉਹ ਕਿਸੇ ਵੀ ਧਿਰ ਨਾਲ ਹੋਣ, ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਸਭ ਤੋਂ ਵੱਧ ਜਿਹੜਾ ਸਾਨੂੰ ਕਰਨਾ ਚਾਹੀਦਾ, ਜਿਹੜੇ ਬੰਦੇ ਸਾਡੇ ਭਰਾ ਉੱਥੇ ਬੈਠੇ ਨੇ ਉਹਨਾਂ ਦਾ, ਜਿਹੜੇ ਮੋਰਚੇ 'ਚ ਅੱਗੇ ਹੋ ਕੇ ਲੱਗੇ ਹੋਏ ਨੇ, ਕਿ ਬੜਾ ਔਖਾ, 6 ਮਹੀਨੇ ਹੋ ਗਏ ਨੇ, ਪਹਿਲਾਂ ਸਰਦੀ ਬਹੁਤ ਸੀ, ਹੁਣ ਗਰਮੀ ਬੜੀ ਹੈ, ਪਿੱਛੇ ਜਦੋਂ ਮੈਂ ਗਿਆ ਸੀ ਮੱਛਰ ਵੀ ਕਾਫੀ ਸ਼ੁਰੂ ਹੋ ਗਿਆ ਸੀ, ਬੜੀਆਂ ਮੁਸ਼ਕਲਾਂ ਨਾਲ ਨੇ। ਸੋ ਆਪਾਂ ਨੂੰ ਜਿੰਨਾ ਆਪਣਾ ਯੋਗਦਾਨ ਬਣਦਾ ਉਹ ਆਪਾਂ ਪਾਈਏ, ਘੱਟੋ ਘੱਟ ਉਹਨਾਂ ਨੂੰ ਸਪੋਰਟ ਕਰੀਏ, ਕੋਈ ਨੈਗੇਟਿਵਿਟੀ ਨਾ ਫੈਲਾਈਏ, ਤੇ ਬਿਲਕੁਲ ਠੀਕ ਚੱਲ ਰਿਹਾ ਜੀ।
चलो मुकदी गल तो यह जी भी सारे असी भी जे बाहरले मुल्क लोग आ जां भारत के लोग सारे यही चाहते ने भी ये खत्म होवे अंदोलन तो किसानों दी मंगा मनिया जान। तो की लगता जी हुण आपां किसानां दे मसले दे विच सवाल करदे एक होर कि लगता कि होर की अगला स्टैप लैना पएगा किसान अंदोलन नूं खत्म करन वास्ते किसानां नूं। जो इस वारी चल रहा ये अपने आप च एक स्टैप है, एक जिहड़ी लॉन्जेविटी है ना, जिन्ना ज्यादा देर लई चलदा ते एज लॉन्ग एज पीसफुल रहिंदा सरकार नूं उत्तों किसानां नूं उठाउण दा बहाना नहीं मिलदा ते दिनों दिन प्रैशर वधना जी। फिर देखो इलेक्शन आउंदियां रहिंदियां, हुण पिछे भी ये सारे है ते इहदा सलूशन दा पोलिटिकल होना, सो उहदे नाल बड़ा फर्क पैंदा। सो ये जो हुण चल रहा इदां ही अपने यूनिटी रखनी पैनी है। तो एक दो गल्लां जरूर होर करन वालियां हैगियां जे किसान मोर्चे दे आगू जस पंजाबी सुणदे होण ते उहदे च उहनां नूं कोशिश, एक तो है कि इहनूं ऑल ओवर इंडिया इस मूवमेंट नूं जिहड़ा उह पहलां भी कोशिश करदा उह कोशिश जारी रखनी चाहीदी आ, बाकी स्टेटां नूं इनवॉल्व करना चाहीदा तां कि इह कल्ले पंजाबियां दा मोर्चा ना किते रहि जाए, ये पूरे इंडिया का भारत के किसानों का मोर्चा बनना चाहिए एक। तो नंबर टू है मीडिया, जो इंटरनेशनल मीडिया जां नैशनल मीडिया इनवॉल्व करना चाहिए। हुण राइट नाउ इस टाइम सिर्फ पंजाबी मीडिया थोड़ा जिहा दिखा रहा है, वो एक कमी जरूर लग रही है। मैनूं लगता है कि जिहड़े किसान आगू ने उन्होंने आकर एक मीडिया सैल तैयार करना चाहिए जिहड़ा अपनी गल अगे पहुँचा सके। बिल्कुल जी, अज्जकल तो समा है बहुत वधिया। तो डॉक्टर साहब गल्लबात असी होर भी अजे बहुत करनियां चाहुंदे तुहाडे नाल, पर एक ब्रेक का समा हो गया है, ब्रेक तो बाद फिर तुहाडे नाल गल करांगे, सेहत की भी गल करांगे, बाकी जनरल गल्लां भी करांगे, तो जिहड़ा साडे डॉक्टर साहब तुहाडे विच कला हैगी साहित दी असी वह भी गल करन दी कोशिश जिहड़ी करांगे। एक ब्रेक लैंदे आ, ब्रेक तो बाद फिर डॉक्टर गुरप्रीत सिंह धुग्गा साडे नाल जुड़नगे, देखते रहो जस पंजाबी। ब्रेक तो बाद एक बार फिर हाजिर हाँ जी, मैं जगतार सिंह जग्गी, प्रोग्राम चल रहा तुसी देख रहे हो रोजाना, अज रिकॉर्डड प्रोग्राम है, लाइव कॉल जिहड़ियां तुहाडियां नहीं लै होणियां, पर रिकॉर्डड प्रोग्राम दे विच भी मेरी पूरी कोशिश यह होंदी है कि प्रोग्राम का रंग इहो जिहा होवे कि तुसी घरां विच बैठे दर्शक कॉल के जरिए बेशक नहीं जुड़ सकते पर तुहानू प्रोग्राम का पूरा आनंद आए, अगर जानकारी की गल है तो जानकारी भी तुहानू पूरी मिले। डॉक्टर गुरप्रीत सिंह धुग्गा साहब साडे नाल जुड़े आ, उहनां नाल अगे गलबात तोड़दे आ जी। डॉक्टर साहब बहुत बहुत एक बार फिर स्वागत जी तुहाडा जी। अच्छा असी गल किसान मोर्चे की की ब्रेक तो पहला, तो मैं अच्छ सोचता भी अपने को टाइम थोड़ा जहा है तो असी वो विषय ये कवर करिए। मैं अगली गल कर तो पहला सेहत वाले पास जाने तो पहला मैं चाहना कि तुम बहुत वधिया एक 84 से जड़िया चार लाइन लिखिया ने सा दर्शकों सुना दौ, पहला उदों नहीं बनया सब, तो हूँ मैं अगले प्रोग्राम अगे तोड़न तो पहला चाहना भी सुना दौ। डेफिनेट जी, वो जिहड़े आपां भाजी गल करदे सी कि इह जो अज हालात ने 84 वाला घल्लूघर आ जां 47 वेले दी वंड है, इह देखा कि इको लड़ी च चल रहे संघर्ष ने साडे पंजाबियां लई, उहनां रिलेटड लिखिआ जी, पहले पिया सोका फिर सी अग लगी, पहले पिया सोका फिर सी अग लगी, 84 तो 47 तो बाद 84 ते फिर अज लगी। वाह जी वाह। चल उठ कर पानी दा जुगाड़ कोई, ए तेरे हंजुआ नाल नहीं बुझण लग। वाह जी वाह जी वाह। सो भाजी ये जिहड़े अपनियां संघर्ष चल रहे ने, हर एक बंदा इहदे च अपना अपना हिस्सा पा सकदा है। ओ जिवें ओ गल दस दिंदे ना जंगल दे विच अग लगी ते चिड़ी ने पानी चुंझना ਕਰਨਾ ਸ਼ੁਰੂ ਕੀਤਾ ਤੇ ਉਹ ਕਹਿੰਦਾ ਮੇਰੀ ਮੇਰਾ ਨਾਂ ਇੱਕ ਦਿਨ ਬੁਝਾਉਣ ਵਾਲਿਆਂ ਚ ਆਊਗਾ। ਸੋ ਆਪਾਂ ਕੋਸ਼ਿਸ਼ ਕਰੀਏ ਆਪਣਾ ਨਾਂ ਅੱਗ ਬੁਝਾਉਣ ਵਾਲਿਆਂ ਚ ਆਵੇ। ਸੋ ਹਰ ਇੱਕ ਨੂੰ ਆਪਾਂ ਆਪਣੀ ਕੋਸ਼ਿਸ਼ ਆਪਣੇ ਆਪਣੇ ਲੈਵਲ ਤੇ ਜ਼ਰੂਰ ਕਰਨੀ ਚਾਹੀਦੀ ਆ। ਹਾਂਜੀ ਤੇ ਅੱਛਾ, ਅਸੀਂ ਹੁਣ ਕੋਰੋਨਾ ਦੀ ਗੱਲ ਕਰ ਰਹੇ ਸੀ, ਚਲੋ ਸ਼ੁਕਰ ਰੱਬ ਦਾ ਕਰਦੇ ਫਿਲਹਾਲ ਕਿ ਮਾਹੌਲ ਕਾਫੀ ਸੁਖਾਵਾਂ ਆ, ਥੋੜ੍ਹੀਆਂ ਠੰਡੀਆਂ ਹਵਾਵਾਂ ਆਉਣੀਆਂ ਸ਼ੁਰੂ ਹੋਈਆਂ ਭਾਰਤ ਦੇ ਵਿੱਚੋਂ ਵੀ, ਨਹੀਂ ਤਾਂ ਬਹੁਤ ਜ਼ਿਆਦਾ ਚਿੰਤਾ ਸੀ, ਬਹੁਤ ਹਸਪਤਾਲਾਂ ਦਾ ਹਾਲ ਦੇਖ ਰਹੇ ਹਾਂ ਜੀ। ਇੱਕ ਮੈਂ ਅੱਜ ਵੀਡੀਓ ਦੇਖ ਰਿਹਾ ਸੀ ਕਿਸੇ ਨੇ ਤਾਜ਼ੀ ਤਾਜ਼ੀ ਪਾਈ ਆ, ਅਤੇ ਉਹ ਮਰੀਜ਼ ਮੇਰੇ ਖਿਆਲ ਬਾਹਰ ਜਾਣ ਲੱਗਾ ਹੋਣਾ ਅਤੇ ਪੁਲਿਸ ਵਾਲੇ ਨੇ ਉਹ ਮਤਲਬ ਉੱਦਾਂ ਸ਼ਾਇਦ ਕਰੋਨਾ ਨਾਲ ਵੱਜ ਜਾਂਦਾ ਅਤੇ ਉਹ ਡਾਂਗਾਂ ਨਾਲ ਘੁੱਟ ਘੁੱਟ ਕੇ ਮਰਨ ਵਾਲਾ ਕਰਤਾ। ਇਹ ਹਾਲਾਤ ਭਾਰਤ ਦੇ ਹੈਗੇ ਨੇ। ਸੋ ਕਰੋਨਾ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਨੇ ਜੀ, ਕਰੋਨਾ ਅਸੀਂ ਇਹ ਮੰਨ ਕੇ ਚੱਲਦੇ ਵੀ ਕਾਫੀ ਸੁਖਾਵਾਂ ਹੋ ਗਿਆ ਮਾਹੌਲ, ਅਤੇ ਉਦੋਂ ਬਾਅਦ ਜਿਹੜੀਆਂ ਹੋਰ ਸਿਹਤ ਪ੍ਰੋਬਲਮਾਂ ਆਈਆਂ ਨੇ ਜਾਂ ਆ ਸਕਦੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ, ਜਿਵੇਂ ਕਿ ਅਸੀਂ ਗੱਲ ਕਰਦੇ ਸੀ ਵੀ ਡੈੱਡ ਬੋਡੀਜ਼ ਜਾਂ ਨਹਿਰਾਂ 'ਚ ਸੁੱਟ ਰਹੇ ਨੇ, ਡੈੱਡ ਬੋਡੀਜ਼ ਨੂੰ ਵੈਸੇ ਹੀ ਦਫਨਾ ਰਹੇ ਨੇ, ਉਹਨਾਂ ਦੀ ਕੀ ਅਸਰ ਹੋ ਸਕਦਾ? ਦੇਖੋ ਭਾਜੀ, ਜਿਹੜਾ ਕਰੋਨਾ ਮਹਾਂਮਾਰੀ
ਦਾ ਜੋ ਅਸਰ ਹੈ ਨਾ ਇਹ ਆਲ ਓਵਰ ਦ ਵਰਲਡ ਐਵਰਲਾਸਟਿੰਗ ਹੋਣਾ ਤੁਸੀਂ ਕਿਹਾਂ ਦਾ ਇੱਥੇ ਸੋਸ਼ਲ ਲਾਈਫ ਦੇ ਵਿੱਚ ਵੀ ਦੇਖੋਗੇ ਸਿਹਤ ਦੇ ਮਾਮਲੇ 'ਚ ਵੀ ਦੇਖੋਗੇ ਇੱਕ ਤਾਂ ਵਿਚਾਰੇ ਜਿਨ੍ਹਾਂ ਦੀਆਂ ਜਾਨਾਂ ਗਈਆਂ ਉਹ ਪਰਿਵਾਰ ਬਹੁਤ ਦੁੱਖ ਹੈ ਯੂਨੋ ਬਹੁਤ ਹਾਲਾਤ ਹੈ ਜੇ ਵੀ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਸਾਰਾ ਕੁਛ ਖਤਮ ਹੋ ਗਿਆ ਕਿਉਂਕਿ ਵੇਵ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਵੀ ਚੱਲ ਸਕਦੀ ਹੈ ਆਪਾਂ ਪ੍ਰੀਕੋਸ਼ਨਸ ਲਾ ਰਹੀ ਹੈ ਸੋ ਵੈਕਸੀਨੇਸ਼ਨ ਹਰ ਇੱਕ ਨੂੰ ਲਵਾਉਣੀ ਚਾਹੀਦੀ ਹੈ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ ਸਪੈਸ਼ਲੀ ਇੰਡੀਆ ਦੇ ਵਿੱਚ ਸਟਿਲ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰਤ ਹੈ ਜਿਹੜੀਆਂ ਹੋਰ ਪ੍ਰੋਬਲਮਸ ਨੇ ਜਿਵੇਂ ਫੰਗਸ ਦੀ ਪ੍ਰੋਬਲਮ ਹੋਈ ਸੀ ਉਹ ਹੁਣ ਥੋੜ੍ਹੀ ਜਿਹੀ ਯੂਨੋ ਟ੍ਰੀਟਮੈਂਟ ਕੰਟਰੋਲ 'ਚ ਹੋਣ ਕਰਕੇ ਥੋੜ੍ਹੇ ਜਿਹੇ ਕੇਸਿਸ ਘਟੇ ਹੈਗੇ ਆ ਪਰ ਜਿਹੜੀਆਂ ਸਿੱਖਣ ਵਾਲੀ ਗੱਲ ਇਹ ਹੈ ਕਿ ਇੱਕ ਇੰਡੀਵਿਜੁਅਲ ਲੈਵਲ ਤੇ ਸਫਾਈ ਰੱਖਣੀ ਬੜੀ ਜ਼ਰੂਰੀ ਹੈ ਤੇ ਜਿਹੜੀਆਂ ਗਵਰਨਮੈਂਟ ਨੇ ਉਹਨਾਂ ਨੂੰ ਇੱਦਾਂ ਦੀਆਂ ਕੋਈ ਵੀ ਜਿਹੜੀਆਂ ਮਹਾਂਮਾਰੀ ਜਾਂ ਕੋਈ ਵੀ ਕਰੋਨਾ ਵਰਗੀ ਬਿਮਾਰੀ ਹੋਵੇ ਤੇ ਉਹਨਾਂ ਨੂੰ ਆਪਣੇ ਇਨਫਰਾਸਟ੍ਰਕਚਰ ਬਣਾਉਣਾ ਜਿਹੜਾ ਨਾ ਉਹ ਬੜਾ ਜ਼ਰੂਰੀ ਹੈ ਇੱਕ ਗੱਲ ਤੁਸੀਂ ਜਗ ਭਾਈ ਨੋਟ ਕੀਤੀ ਹੋਣੀ ਹੈ ਕਿ ਕਈ ਸੰਸਥਾਵਾਂ ਅੱਗੇ ਆਈਆਂ ਜਿਹਨਾਂ ਨੇ ਬਹੁਤ ਲੋਕਾਂ ਕੀਤੀ ਹੈ ਐਸ ਜੀ ਪੀ ਸੀ ਨੇ ਵੀ ਹੁਣ ਪਿੱਛੇ ਬੜਾ ਸਰਾਹਯੋਗ ਕੰਮ ਕੀਤਾ ਪੰਜਾਬ ਦੀਆਂ ਐਨ ਜੀ ਓਜ਼ ਨੇ ਵੀ ਕੀਤਾ ਇਹ ਬੜਾ ਇੱਕ ਵਧੀਆ ਕਦਮ ਹੈ ਕਿ ਜਿਹੜੀ ਆਪਾਂ ਹਰ ਇੱਕ ਚੀਜ਼ ਸਰਕਾਰਾਂ ਤੇ ਨਹੀਂ ਛੱਡ ਸਕਦੇ ਕਿਉਂਕਿ ਆਪਾਂ ਦੇਖਿਆ ਸਰਕਾਰਾਂ ਦਾ ਜਿਹੜਾ ਨਾ ਪਲੈਨਿੰਗ ਦਾ ਕੰਮ ਬਹੁਤ ਢਿੱਲਾ ਤੇ ਇਹ ਉਹਦੇ ਲਈ ਆਪਾਂ ਨੂੰ ਅੱਗੇ ਲਈ ਵੀ ਇੱਦਾਂ ਦੀਆਂ ਸੰਸਥਾਵਾਂ ਨੂੰ ਨਾਲ ਜੁੜ ਕੇ ਉਹਨਾਂ ਦੇ ਰਹਿਣਾ ਚਾਹੀਦਾ ਦੇਖੋ ਕਈ ਖਾਲਸਾਈਡ ਵਰਗੀਆਂ ਸੰਸਥਾਵਾਂ ਨੇ ਕਿਤੇ ਕਿਸਾਨ ਮੋਰਚੇ ਲਈ ਇੱਥੇ ਜਾਂ ਹੜਾਂ ਵੇਲੇ ਸੋ ਇੱਦਾਂ ਦੇ ਕੰਮ ਜਿਹੜੇ ਨੇ ਨਾ ਇਹ ਵੀ ਸਾਨੂੰ ਬੜੇ ਮਾਣ ਦੀ ਗੱਲ ਹੈ ਵੀ ਜਿੱਥੇ ਪ੍ਰੋਬਲਮ ਆਈਆਂ ਉਹ ਇੱਦਾਂ ਦੀਆਂ ਸੰਸਥਾਵਾਂ ਨੇ ਅੱਗੇ ਆ ਕੇ ਜਿਹੜਾ ਨਾ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਸੋ ਆਪਾਂ ਨੂੰ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਪਰ ਅਜੇ ਵੀ ਪ੍ਰੀਕੋਸ਼ਨ ਜਿਹੜੀਆਂ ਸਾਨੂੰ ਲੈਂਦੇ ਰਹਿਣਾ ਚਾਹੀਦਾ ਕਰੋਨਾ ਨੂੰ ਅੱਛਾ ਜਿਹੜੀ ਅਸੀਂ ਗੱਲ ਕਰਦੇ ਡਾਕਟਰ ਸਾਹਿਬ ਤੁਹਾਡਾ ਤੁਸੀਂ ਤਾਂ ਮੈਡੀਕਲ ਫੀਲਡ ਦੇ ਨਾਲ ਹੋ MD ਠੀਕ ਹੈ ਜੀ ਅਤੇ ਤੁਹਾਨੂੰ ਹਰ ਗੱਲ ਦਾ ਜ਼ਿਆਦਾ ਪਤਾ ਹੁੰਦਾ ਜਿਵੇਂ ਮੈਂ ਨਾ ਜੀ ਪਹਿਲਾਂ ਮਕੈਨਿਕੀ ਕਰਦਾ ਸੀ ਚੰਡੀਗੜ੍ਹ ਮੋਟਰਸਾਈਕਲਾਂ ਦੀ ਅਤੇ ਮੈਨੂੰ ਮੋਟਰਸਾਈਕਲ ਦੇ ਅੰਦਰ ਇਕੱਲੀ ਇਕੱਲੀ ਚੀਜ਼ ਦੱਸਵੀ ਨਹੀਂ ਹੁੰਦੀ ਜਿਹੜੀ ਜਿੱਦਾਂ ਕੰਮ ਇੰਜਣ ਦੇ ਅੰਦਰ ਵੀ ਇੱਥੇ ਆਹ ਚੀਜ਼ ਆ ਇਵੇਂ ਹੁਣ ਤੁਹਾਡਾ ਵੀ ਫੀਲਡ ਇਹ ਵੀ ਤੁਹਾਨੂੰ ਬੰਦੇ ਦੀ ਬਾਡੀ ਜਿਹੜੀ ਆ ਸਾਰਾ ਵੈਸੇ ਹੀ ਦਿਮਾਗ ਦੇ ਵਿੱਚ ਆ ਜਾਂਦਾ ਬੰਦੇ ਦੀ ਬਾਡੀ ਲੈਂਗੁਏਜ ਦੇਖ ਕੇ ਵੀ ਤੁਸੀਂ ਦੱਸਦੇ ਮੈਨੂੰ ਆਹ ਪ੍ਰੋਬਲਮ ਹੈਗੀ ਆ ਅਤੇ ਜਿਹੜੀ ਬਲੈਕ ਫੰਗਸ ਹੈਗੀ ਆ ਇਹਦੇ ਕੀ ਕੀ ਕਾਰਨ ਸੀਗੇ ਜੀ ਇਹਦੇ ਇਹਦੇ ਤੁਸੀਂ ਜਿਵੇਂ ਪਿਛਲੀ ਵਾਰ ਆਪਣੀ ਥੋੜ੍ਹੀ ਜਿਹੀ ਗੱਲ ਹੋਈ ਸੀਗੀ ਪਰ ਮੈਨੂੰ ਉਦੋਂ ਬਾਅਦ ਇੱਕ ਦੋ ਨੇ ਫੋਨ ਕਰਕੇ ਪੁੱਛਿਆ ਵੀ ਯਾਰ ਤੁਸੀਂ ਗੱਲ ਅਧੂਰੀ ਛੱਡਤੀ ਮੈਂ ਕਿਹਾ ਜੀ ਅਸੀਂ ਜ਼ਰੂਰ ਪੂਰੀ ਕਰਾਂਗੇ ਬਲੈਕ ਇਹ ਫੰਗਸ ਜਿਹੜੀ ਇੱਕ ਬਲੈਕ ਹੈ ਇੱਕ ਯੈਲੋ ਜਾਂ ਕੀ ਇਹ ਕਿੰਨੀ ਤਰ੍ਹਾਂ ਦੀਆਂ ਹੈਗੀਆਂ ਅਤੇ ਸਭ ਦੇ ਲੱਛਣ ਕੀ ਆ ਅਲੱਗ ਅਲੱਗ ਅਤੇ ਉਹਦੇ ਕਾਰਨ ਅਤੇ ਹੱਲ ਹਾਂਜੀ ਇਹ ਦੇਖੋ ਇਹ ਇੱਕ ਨਾ ਇੰਡੀਆ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆ ਜੋ ਤੁਸੀਂ ਇੱਥੇ ਨੋਟਿਸ ਕਰਦੇ ਹੋਣੇ ਵੀ ਕੋਈ ਵੀ ਮੈਡੀਕੇਸ਼ਨ ਜਿਹੜੀ ਆ ਨਾ ਜੀ ਉਹਦੇ ਲਈ ਇੱਕ ਪ੍ਰੋਪਰ ਇੱਕ ਬਿਮਾਰੀ ਦਾ ਅੱਗੇ ਕੀ ਇਲਾਜ ਹੈ ਉਹਦੀ ਕੀ ਮੈਡੀਕੇਸ਼ਨ ਉਹ ਕਿੰਨੇ ਦਿਨ ਲਈ ਦੇਣੀ ਹੈ ਉਹ ਇੱਕ ਜੋ ਰਿਕਮੈਂਡਡ ਹੈ ਨਾ ਉਹਦੇ ਨਾਲ ਅਸੀਂ ਚੱਲਦੇ ਹਾਂ ਇੰਡੀਆ ਦੇ ਵਿੱਚ ਨਾ ਨੀਮ ਹਕੀਮ ਵੀ ਬਹੁਤ ਨੇ ਤੇ ਉੱਥੇ ਨਾ ਕਈ ਮੈਡੀਕੇਸ਼ਨ ਇੱਦਾਂ ਦੀਆਂ ਨੇ ਜਿਹਨਾਂ ਦੇ ਲੌਂਗ ਟਰਮ ਸਾਈਡ ਇਫੈਕਟ ਹੁੰਦੇ ਉਹਦੇ 'ਚ ਇੱਕ ਮੈਡੀਕੇਸ਼ਨ ਜਿਹੜੀ ਨਾ ਸਟੀਰੋਇਡ ਨੇ ਉਹ ਸਟੀਰੋਇਡ ਜਿਹੜੇ ਨੇ ਉਹ ਕਈ ਬਿਮਾਰੀਆਂ 'ਚ ਕੰਮ ਆਉਂਦੇ ਨੇ ਪਰ ਜੇ ਇਹਨੂੰ ਤੁਸੀਂ ਜ਼ਿਆਦਾ ਯੂਜ਼ ਕਰੋ ਤੇ ਉਹਨਾਂ ਦੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਨੇ ਜੀ ਉਹ ਇੰਨੇ ਜ਼ਿਆਦਾ ਉੱਥੇ ਜਿਹੜੇ RMP ਜਾਂ ਯੂਨੋ ਨੋਨ ਮੈਡੀਕਲ ਦੁਕਾਨਾਂ ਖੋਲ੍ਹੀ ਬੈਠੇ ਆ ਉਹ ਵੀ ਬਹੁਤ ਯੂਨੋ ਬਹੁਤ ਦੇਰ ਤੋਂ ਯੂਜ਼ ਕਰ ਰਿਹਾ ਅਤੇ ਉਹਦੇ ਬੜੇ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਜਿਹੜੀ ਬਲੈਕ ਫੰਗਸ ਵੀ ਉਹਦੇ ਨਾਲ ਹੀ ਰਿਲੇਟਡ ਹੈ ਹੋਇਆ ਕੀ ਕਿ ਜਦੋਂ ਕਰੋਨਾ ਦੇ ਕੇਸਿਸ ਬਹੁਤ ਵਧਣ ਲੱਗੇ ਇਹ ਇੱਕ ਇਹੋ ਜਿਹੀ ਬਿਮਾਰੀ ਸੀ ਜਿਹਦੀ ਕੋਈ ਵੀ ਪ੍ਰੋਪਰ ਟ੍ਰੀਟਮੈਂਟ ਤਾਂ ਅਜੇ ਵੀ ਨਹੀਂ ਹੈ ਜਿੰਨੀਆਂ ਮੈਡੀਕੇਸ਼ਨਸ ਨੇ ਉਹ ਕਿਸੇ ਦੇ ਕੰਮ ਆਉਂਦੀਆਂ ਕੁਛ 20% ਕੰਮ ਕਰਦੀ ਹੈ ਕੋਈ 40% ਕਰਦੀ ਹੈ ਇੱਕ ਕੰਬੀਨੇਸ਼ਨ ਜਿਹਾ ਵੀ ਦਿੱਤਾ ਜਾਂਦਾ ਤੇ ਉਹਦੇ ਵਿੱਚ ਸਟੀਰੋਇਡ ਦਾ ਵੀ ਰੋਲ ਹੈ ਉਹ ਸਟੀਰੋਇਡ ਦਾ ਰੋਲ ਭਾਜੀ ਉਦੋਂ ਹੈ ਜਦੋਂ ਬੰਦਾ ਬਹੁਤ ਜ਼ਿਆਦਾ ਸਿੱਕ ਹੋਵੇ ਹੋਸਪਿਟਲ 'ਚ ਐਡਮਿਟ ਹੋਵੇ ਉਸ ਵੇਲੇ ਆਪਾਂ ਸਟੀਰੋਇਡ ਯੂਜ਼ ਕਰਦੇ ਹਾਂ ਤਾਂ ਕਿ ਉਹਦੇ ਲੰਗਸ ਨੂੰ ਸਟਰੈਂਥ ਮਿਲੇ ਤੇ ਸਾਹ ਸੌਖਾ ਹੋਣਾ ਸ਼ੁਰੂ ਹੋ ਜਾਏ ਤੇ ਜਿਹੜਾ ਰੈਸਪੀਰੇਟਰੀ ਸਿਸਟਮ ਆ ਉਹ ਥੋੜ੍ਹਾ ਜਿਹਾ ਖੁੱਲ੍ਹ ਜਾਏ ਉਹਦੇ ਸਟੀਰੋਇਡਸ ਦੇ ਜਿਹੜੇ ਆਪਣੇ ਫੰਕਸ਼ਨ ਨੇ ਉਸ ਵੇਲੇ ਬੈਸਟ ਯੂਜ਼ ਹੁੰਦਾ ਉਹ ਹੁਣ ਕੀ ਲੱਗ ਗਿਆ ਕਿ ਉਹ ਸਟੀਰੋਇਡਸ ਨੂੰ ਬਹੁਤ ਜ਼ਿਆਦਾ ਡੋਜ਼ ਦੇ ਵਿੱਚ ਜਿਹੜੇ ਆਮ ਅਜੇ ਪੇਸ਼ੈਂਟ ਥੋੜ੍ਹੇ ਜਿਹੇ ਸਿੱਖ ਹੋਏ ਕਰੋਨਾ ਪੋਜ਼ਿਟਿਵ ਪਾਇਆ ਅਜੇ ਸਿੰਪਟਮ ਵੀ ਸ਼ੁਰੂ ਨਹੀਂ ਹੋਏ ਉਹ ਜਦੋਂ ਕਿਸੇ ਵੀ ਡਾਕਟਰ ਕੋਲ ਜਾਣਾ ਤੇ ਉਹ ਬਹੁਤ ਜ਼ਿਆਦਾ ਗਿਣਤੀ 'ਚ ਦੇਣ ਲੱਗ ਗਏ
ਤੋ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਵੀ ਇੱਕ ਡਾਕਟਰ ਦੀ ਪਰਚੀ ਜੀ ਬੜੀ ਵਾਇਰਲ ਹੋਈ ਸੀ ਉਹ ਦੇਖੀ ਹੋਣੀ ਆ ਉਹ ਇੱਕ ਕਿਸੇ ਕਰੋਨਾ ਦੇ ਮਰੀਜ਼ ਨੂੰ ਉਹਨੇ 18 19 ਮੈਡੀਕੇਸ਼ਨ ਲਿਖੀਆਂ ਹੋਈਆਂ ਅੱਛਾ ਜੀ ਉਹ ਵਿਚਾਰੇ ਨੇ ਹੁਣ ਉਹ ਲੈ ਲਈਆਂ ਹੋਣੀਆਂ ਹੁਣ ਦੇਖੋ ਜਿੰਨੇ ਉਹ ਇੰਨੀਆਂ ਜ਼ਿਆਦਾ ਮੈਡੀਕੇਸ਼ਨ ਇੰਨੇ ਦਿਨਾਂ ਲਈ ਲੈਣੀਆਂ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਬਾਡੀ ਦਾ ਇਮਿਊਨ ਸਿਸਟਮ ਨਾ ਇਮਿਊਨਿਟੀ ਹੈ ਜਿਹੜੀ ਜਿਹੜੀ ਬਾਡੀ ਦੀ ਨੈਚੁਰਲ ਟੈਂਡੈਂਸੀ ਬਿਮਾਰੀ ਨੂੰ ਫਾਈਟ ਕਰਨ ਦੀ ਹੁੰਦੀ ਉਹ ਘਟ ਜਾਂਦੀ ਹੈ ਜੀ ਦਵਾਈਆਂ ਨਾਲ ਸਪੈਸ਼ਲੀ ਸਟੀਰੋਇਡਸ ਨਾਲ ਉਹ ਜਦੋਂ ਘਟਦੀ ਹੈ ਤੇ ਫਿਰ ਜਿਹੜੀ ਫੰਗਸ ਹੈ ਇਹ ਓਪਰਚੁਨਿਟਿਕ ਇਨਫੈਕਸ਼ਨ ਕਹਿੰਦੇ ਇਹਨੂੰ ਇਹ ਉਹ ਤੁਹਾਨੂੰ ਜਿਹੜੀ ਹੈ ਨਾ ਉਹ ਸਰੀਰ ਦੇ ਵਿੱਚ ਆ ਜਾਂਦੀ ਹੈ ਸੋ ਇਹ ਬਲੈਕ ਫੰਗਸ ਓਵਰ ਟ੍ਰੀਟਮੈਂਟ ਜਾਂ ਗਲਤ ਟ੍ਰੀਟਮੈਂਟ ਕਰੋਨਾ ਦੀ ਜਿਹੜੀ ਹੋਈ ਹੈ ਉਹਦੇ ਨੂੰ ਉਹਦਾ ਰਿਜ਼ਲਟ ਆਪਾਂ ਕਹਿ ਸਕਦੇ ਹਾਂ ਤੇ ਉਹਨੂੰ ਹੁਣ ਹੁਣ ਜਿਉਂ ਜਿਉਂ ਕਰੋਨਾ ਦੇ ਕੇਸਿਸ ਘਟਿਆ ਨਾਲ ਦੀ ਨਾਲ ਉਹ ਵੀ ਘਟਦਾ ਤੇ ਹੋਰ ਵੀ ਫੰਗਸ ਹੈ ਕਿ ਕੋਈ ਯੈਲੋ ਫੰਗਸ ਕਹਿੰਦੇ ਸੀ ਉਸ ਤੋਂ ਵੀ ਖਤਰਨਾਕ ਹੈ ਕੋਈ ਜੀ ਕੋਈ ਇਦਾਂ ਦਾ ਹੈ ਕੁਛ ਨਹੀਂ ਇਹ ਬਲੈਕ ਫੰਗਸ ਕਿਉਂਕਿ ਉਹ ਦੇਖਣ ਨੂੰ ਬਲੈਕ ਲੱਗਦੀ ਹੈ ਤੇ ਉਹਦਾ ਇਸ ਕਰਕੇ ਰੱਖਦਾ ਉਹ ਫੰਗਸ ਦੀ ਇਦਾਂ ਨਹੀਂ ਫੰਗਸ ਤੇ ਇਦਾਂ ਦਾ ਫੰਗਸ ਤੁਸੀਂ ਕਹਿ ਲਓ ਵੀ ਜਿੱਦਾਂ ਇਨਫੈਕਸ਼ਨ ਹੁੰਦੀ ਹੈ ਨਾ ਜੇ ਕਿ ਭਾਈ ਤੁਸੀਂ ਹੁਣ ਆਪਾਂ ਜਦੋਂ ਤੁਸੀਂ ਹੁਣ ਮੋਟਰਸਾਈਕਲ ਦੀ ਮਕੈਨਿਕੀ ਦੀ ਗੱਲ ਕੀਤੀ ਆ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਯੂਨੋ ਆਪਾਂ ਕਈ ਗੱਡੀਆਂ ਜਿਹੜੀਆਂ ਉਹ ਪੈਟਰੋਲ ਨਾਲ ਚੱਲਦੀਆਂ ਕਈ ਡੀਜ਼ਲ ਨਾਲ ਚੱਲਦੀਆਂ ਯੂਨੋ ਕਈ ਇਲੈਕਟ੍ਰਿਕ ਨਾਲ ਅੱਜ ਕੱਲ੍ਹ ਚੱਲਣ ਲੱਗੀਆਂ ਕਈ ਹਾਈਬ੍ਰਿਡ ਹੁੰਦੀਆਂ ਇੱਧਰ ਹੀ ਇਨਫੈਕਸ਼ਨ ਆ ਨੇ ਜੀ ਇਨਫੈਕਸ਼ਨ ਬੈਕਟੀਰੀਆ ਕਰਕੇ ਹੁੰਦੀ ਆ ਜਿਵੇਂ ਨਮੋਨੀਆ ਹੋ ਗਿਆ ਜਾਂ ਸਕਿਨ ਇਨਫੈਕਸ਼ਨ ਹੋ ਗਈ ਉਹ ਬੈਕਟੀਰੀਆ ਹੁੰਦਾ ਇਸ ਕਰਕੇ ਉਹਦੇ ਲਈ ਐਂਟੀਬਾਇਟਿਕ ਕੰਮ ਆਉਂਦੇ ਨੇ ਜਿਹੜੇ ਆਪਾਂ ਐਂਟੀਬਾਇਟਿਕ ਕਰਦੇ ਹਾਂ ਉਹ ਬੈਕਟੀਰੀਆ ਦੀ ਇਨਫੈਕਸ਼ਨ ਲਈ ਹੁੰਦੇ ਆ ਕਈ ਬਿਮਾਰੀਆਂ ਵਾਇਰਸ ਦੀਆਂ ਹੁੰਦੀਆਂ ਜਿਵੇਂ ਕਰੋਨਾ ਵਾਇਰਸ ਹੈ ਇਹਦੇ ਲਈ ਐਂਟੀ ਵਾਇਰਲ ਹੁੰਦੀ ਹੈ ਬਹੁਤੀਆਂ ਵਾਇਰਸ ਮੈਡੀਕੇਸ਼ਨ ਦੀ ਡੋਜ਼ ਨਹੀਂ ਹੈ ਆਪਣੀ ਟ੍ਰੀਟਮੈਂਟ ਪ੍ਰੋਪਰ ਇਹਦੀ ਇੰਨੀ ਨਹੀਂ ਹੈ ਐਚ ਆਈ ਵੀ ਜਿਹੜੀ ਏਡਸ ਆ ਉਹ ਵੀ ਇੱਕ ਵਾਇਰਲ ਇਨਫੈਕਸ਼ਨ ਹੈ ਇਸੇ ਤਰ੍ਹਾਂ ਇਹ ਜਿਹੜੀ ਫੰਗਸ ਆ ਉਹ ਵੀ ਇੱਕ ਇਨਫੈਕਸ਼ਨ ਆ ਉਹਦੀ ਐਂਟੀ ਫੰਗਲ ਯੂਜ਼ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਜਿਹੜੀਆਂ ਆਪਣੇ ਚੰਬਲ ਦਦਰੀ ਸਕਿਨ ਤੇ ਇੱਦਾਂ ਦੀਆਂ ਬੋਰੀਆਂ ਸੁਣੀਆਂ ਉਹ ਫੰਗਸ ਹੀ ਹੁੰਦੀ ਹੈ ਜੀ ਐਚ ਕਈਆਂ ਦੇ ਨਹੁੰ ਜਿਹੜੇ ਆ ਉਹ ਮੋਟੇ ਤੇ ਪੀਲੇ ਪੀਲੇ ਹੋ ਜਾਂਦੇ ਆ ਉਹ ਜਿਹੜੀ ਆ ਉਹਨਾਂ ਦੀ ਨਹੁੰ ਦੀ ਫੰਗਸ ਹੁੰਦੀ ਹੈ ਉਹ ਕਈ ਵਾਰ ਤੁਹਾਨੂੰ ਯੈਲੋ ਲੱਗਦੀ ਹੈ ਕਈ ਵਾਰ ਉਹਨੂੰ ਵੀ ਯੈਲੋ ਫੰਗਸ ਕਹਿ ਦਿੰਦੇ ਆ ਕਰੋਨਾ ਦੇ ਵਿੱਚ ਕੀ ਹੋਇਆ ਟ੍ਰੀਟਮੈਂਟ ਹੋਣ ਨਾਲ ਇਮਿਊਨਿਟੀ ਘਟੀ ਹੈ ਤੇ ਕਈਆਂ ਦੇ ਨੇਜ਼ਲ ਫੰਗਸ ਹੋਈ ਕਈਆਂ ਦੇ ਅੱਖਾਂ 'ਚ ਹੋਈ ਕਈਆਂ ਦੇ ਥਰੋਟ 'ਚ ਹੋਈ ਕਈਆਂ ਦੇ ਲੰਗਸ ਦੇ ਵਿੱਚ ਹੋ ਗਈ ਸੋ ਇਹ ਜਿਹੜੀ ਉਹ ਫੰਗਸ ਵੀ ਕਿਉਂਕਿ ਉਹਨੇ ਸਿਸਟਮੈਟਿਕ ਹੋ ਗਈ ਥੋੜ੍ਹੇ ਜਿਹੇ ਔਰਗਨ ਇੱਦਾਂ ਦੇ ਇਨਵੋਲਵ ਹੋ ਗਏ ਉਹ ਕਾਫੀ ਸੀਰੀਅਸ ਕੇਸਿਸ ਆਏ ਸਾਹਮਣੇ ਸੋ ਜਿਹੜੀ ਫੰਗਸ ਹੈ ਇਹ ਇੱਕ ਇਨਫੈਕਸ਼ਨ ਦੀ ਟਾਈਪ ਜੀ ਅੱਛਾ ਨਾਲ ਹੀ ਇੱਕ ਰਿਲੇਟਡ ਗੱਲ ਹੋਰ ਮੈਂ ਜ਼ਰੂਰ ਕਰਨੀ ਚਾਹੁੰਦਾ ਸਾਡੇ ਦਰਸ਼ਕਾਂ ਵਾਸਤੇ ਸਾਡੇ ਪੰਜਾਬੀਆਂ ਦੇ ਵਿੱਚ ਸ਼ਾਇਦ ਥੋੜ੍ਹੀ ਜ਼ਿਆਦਾ ਹੋਏਗੀ ਉਹ ਹੋਰ ਕਮਿਊਨਿਟੀ ਦਾ ਮੈਨੂੰ ਪਤਾ ਨਹੀਂ ਬਾਹਰਲੇ ਮੁਲਕਾਂ 'ਚ ਵੀ ਘੱਟ ਹੋਏਗੀ ਪਰ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਇੱਕ ਸੈਲਫ ਮੈਡੀਟੇਸ਼ਨ ਸੈਲਫ ਮੈਡੀਟੇਸ਼ਨ ਇਹ ਆ ਵੀ ਜਿੱਦਾਂ ਪਿੰਡ ਦੀ ਗੱਲ ਕਰੀਏ ਕੋਈ ਜਿਵੇਂ ਪਹਿਲਾਂ ਫਿਲਮਾਂ ਫਿਲਮਾਂ 'ਚ ਵੀ ਦੇਖਿਆ ਆਪਾਂ ਪੰਜਾਬੀ ਦੇ ਵੀ ਉਹ ਕੋਈ ਬਿਮਾਰ ਹੋ ਗਿਆ ਤਾਂ ਘੱਟੋ ਘੱਟ 20 ਬੰਦੇ ਉਹਨੂੰ ਸਲਾਹ ਦਿੰਦੇ ਨੇ ਪਿੰਡ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਤਾਂ ਅੱਧਾ ਪਿੰਡ ਡਾਕਟਰ ਬਣ ਜਾਂਦਾ ਪਿੰਡ ਦੇ ਵਿੱਚ ਕਿਤੇ ਕੋਈ ਸ਼ੂਟਿੰਗ ਚੱਲਦੀ ਹੋਵੇ ਤਾਂ ਅੱਧਾ ਪਿੰਡ ਡਾਇਰੈਕਟਰ ਬਣ ਜਾਂਦਾ ਵੀ ਨਹੀਂ ਇਹਨੂੰ ਐਂ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ ਅਤੇ ਪਿੰਡ ਦੇ ਵਿੱਚ ਕਿਸੇ ਦਾ ਸਕੂਟਰ ਖਰਾਬ ਹੋ ਜਾਂਦਾ ਪਿੰਡ ਮਕੈਨਿਕ ਬਣ ਜਾਂਦਾ ਵੀ ਟੇਢਾ ਕਰਕੇ ਦੇਖ ਲਾ ਤਾਂ ਪਲੱਗ ਸਾਫ ਕਰ ਲਾ ਹਵਾ ਤਾਂ ਨਹੀਂ ਘੱਟ ਸੋ ਸੈਲਫ ਮੈਡੀਟੇਸ਼ਨ ਜਿਹੜੀ ਇਹਦੀ ਅਸੀਂ ਇਹ ਕਿੰਨੀ ਕੁ ਜਾਇਜ਼ ਹੈਗੀ ਸਾਡੇ ਵਾਸਤੇ ਵੀ ਅਸੀਂ ਕਹਿੰਦੇ ਵੀ ਆਹ ਚੀਜ਼ ਮਾੜੀ ਜਿਹੀ ਪਾਉਣ ਤਾਂ ਕੋਈ ਨਹੀਂ ਇੰਡੀਆ ਦੇ ਵਿੱਚ ਕੈਮਿਸਟ ਤੋਂ ਜਾ ਕੇ ਦਵਾਈ ਖਾ ਲੈਂਦੇ ਹਾਂ ਉਹ ਕਿੰਨੀ ਕੁ ਨੁਕਸਾਨਦਾਇਕ ਆ ਕਿੰਨੀ ਕੁ ਸਹੀ ਆ ਇਹ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਟੱਚ ਕੀਤਾ ਟੌਪਿਕ ਇਹ ਇਹ ਬਿਲਕੁਲ ਹੋਣਾ ਨਹੀਂ ਚਾਹੀਦਾ ਪਰ ਬਹੁਤ ਹੀ ਵੱਡੇ ਲੈਵਲ ਤੇ ਹੋ ਰਿਹਾ ਤੁਸੀਂ ਕੈਮਿਸਟ ਦੀ ਕੀ ਆ ਬਹੁਤੇ ਲੋਕ ਜਾ ਕੇ ਕੈਮਿਸਟ ਕੋਈ ਦਵਾਈ ਲੈ ਲੈਂਦੇ ਆ ਤੇ ਕੈਮਿਸਟ ਨੂੰ ਪਿੰਡ 'ਚ ਆਮ ਤੌਰ ਤੇ ਡਾਕਟਰੀ ਕਿਹਾ ਜਾਂਦਾ ਯੂਨੋ ਕੈਮਿਸਟ ਨੂੰ ਡਾਕਟਰ ਸਾਹਿਬ ਵੀ ਬੁਲਾਉਂਦੇ ਆ ਪਿੰਡ 'ਚ ਦਵਾਈਆਂ ਉਹ ਉੱਥੇ ਵੀ ਦੇਈ ਜਾਂਦੇ ਆ ਇੱਧਰ ਆਪ ਵੀ ਇੱਕ ਵਾਰੀ ਕੋਈ ਖੰਘ ਆਈ ਤੇ ਜਦੋਂ ਉਹ ਦਵਾਈ ਸੀ ਨਾ ਉਹ ਜੇ ਡਾਕਟਰ ਨੇ ਤੁਹਾਨੂੰ ਕੋਰਸ 7 ਦਿਨ ਦਾ ਜਾਂ 10 ਦਿਨ ਦਾ ਦਿੱਤਾ ਉਹਦੇ 'ਚ ਉਹ 3-4 ਦਿਨ ਬਾਅਦ ਜਦੋਂ ਠੀਕ ਹੋ ਜਾਣਾ ਤੇ ਕਹਿਣਾ ਹੁਣ ਲੋੜ ਨਹੀਂ ਵੀ ਬੰਦ ਕਰ ਦੇਣੀ ਜਦੋਂ ਆਹ ਸਾਲ ਪੁਰਾਣੀ ਹੋਵੇ ਫਿਰ ਉਹੀ ਲੈਣ ਲੱਗ ਜਾਣਾ ਇਹ ਵੀ ਬੜੀ ਵੱਡੀ ਪ੍ਰੋਬਲਮ ਹੈਗੀ ਹੈ ਜੀ ਇਹ ਸਾਡੇ ਕਲਚਰ 'ਚ ਕਹਿ ਲਓ ਆਪਾਂ ਦਵਾਈਆਂ ਨੂੰ ਸੀਰੀਅਸਲੀ ਨਹੀਂ ਲੈਂਦੇ ਕਈ ਵਾਰ ਤਾਂ ਆਪਾਂ ਦਵਾਈ ਲੈਂਦੇ ਨਹੀਂ ਜਦੋਂ ਆਪਾਂ ਲੈਂਦੇ ਹਾਂ ਤੇ ਫਿਰ ਉਹਨੂੰ ਆਪਾਂ ਕਈ ਵਾਰੀ ਸੀਰੀਅਸਲੀ ਨਹੀਂ ਲੈਂਦੇ ਜਿਵੇਂ ਦੇਖੋ ਮੈਡੀਕੇਸ਼ਨ ਡਾਕਟਰ ਨੇ ਜਿੰਨੇ ਦਿਨ ਲਈ ਦਿੱਤੀ ਹੋਵੇ ਨਾ ਤੁਸੀਂ ਭਾਵੇਂ ਠੀਕ ਵੀ ਹੋ ਜਾਓ ਉਹ ਜ਼ਰੂਰ ਪੂਰਾ ਕੋਰਸ ਕਰ ਦੂਸਰਾ ਜਿਵੇਂ ਡਾਇਬੀਟੀਜ਼ ਜਾਂ ਹਾਈਪਰਟੈਂਸ਼ਨ ਦੀ ਮੈਡੀਕੇਸ਼ਨ ਕਦੇ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਬੰਦ ਨਹੀਂ ਕਰਨੀ ਚਾਹੀਦੀ ਇਸ ਕਰਕੇ ਬਹੁਤ ਲੋਕ ਬੰਦ ਕਰਨ ਦੇ ਹੁਣ ਮੈਂ ਠੀਕ ਲੱਗ ਰਿਹਾ ਸੋ ਦਵਾਈ ਦੀ ਲੋੜ ਨਹੀਂ ਹੈ ਇਸੇ ਤਰ੍ਹਾਂ ਜਦੋਂ ਇੱਕ ਦੂਜੇ ਦੀਆਂ ਦਵਾਈਆਂ ਜਿਵੇਂ ਇੱਕ ਨੂੰ ਥੋੜ੍ਹੀ ਜਿਹੀ ਬਿਮਾਰੀ ਹੋਈ ਮੇਰੇ ਕੋਲ ਆਪਣੇ ਕੋਲ ਭਾਜੀ ਪੇਸ਼ੈਂਟ ਆ ਜਾਂਦੇ ਨੇ ਜਿਹੜੇ ਕਹਿੰਦੇ ਵੀ ਚਲੋ ਮੈਨੂੰ ਆਇਆ ਮੇਰੀ ਘਰ ਵਾਲੀ ਨੂੰ ਵੀ ਖੰਘ ਇੱਦਾਂ ਦੀ ਆ ਵੀ ਲਿਖ ਦਿਓ
ਸੋ ਇਹ ਜਿਹੜੀ ਨਾ ਇਹਨੇ ਲਾਈਟ ਨਹੀਂ ਲੈਣਾ, ਇਹਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਮੈਡੀਕੇਸ਼ਨ ਜਿੱਥੇ ਕੰਮ ਆਉਂਦੀ ਹੈ ਇਹਨਾਂ ਦੇ ਸਾਈਡ ਇਫੈਕਟਸ ਵੀ ਬਹੁਤ ਨੇ ਜੀ। ਸੋ ਇਹ ਇਹਨੂੰ ਇਹਨੂੰ ਇਹ ਤੋਂ ਆਪਾਂ ਨੂੰ ਬਚਣਾ ਚਾਹੀਦਾ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਆਪਾਂ ਬ੍ਰੇਕ ਇੱਕ ਹੋਰ ਲੈਣੀ ਪਏਗੀ, ਇਸੇ ਤਰ੍ਹਾਂ ਗੱਲਾਂ ਸਿਲਸਿਲਾ ਜਾਰੀ ਰੱਖਾਂਗੇ, ਤੁਸੀਂ ਸਾਡੇ ਨਾਲ ਜੁੜੇ ਰਹੋ। ਅਤੇ ਡਾਕਟਰ ਧੁੱਗਾ ਸਾਹਿਬ ਜੁੜੇ ਹੋਏ ਨੇ ਜੀ ਸਾਡੇ ਨਾਲ, ਅਤੇ ਇਹਨਾਂ ਨਾਲ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ। ਅਤੇ ਬ੍ਰੇਕ ਤੋਂ ਬਾਅਦ ਜਿਹੜਾ ਅਗਲਾ ਸਾਡਾ ਰੰਗ ਹੋਏਗਾ ਉਹ ਅਸੀਂ ਸਾਹਿਤ ਰੰਗ ਵੱਲ ਜਾਣ ਦੀ ਕੋਸ਼ਿਸ਼ ਕਰਾਂਗੇ। ਕਾਫੀ ਵਧੀਆ ਜਾਣਕਾਰੀ ਸਿਹਤ ਬਾਰੇ ਵੀ ਮਿਲੇਗੀ, ਅਸੀਂ ਬਹੁਤ ਵਧੀਆ ਕਿਸਾਨਾਂ ਦੀ ਗੱਲ ਵੀ ਕਰ ਲਈ, ਬਹੁਤ ਵਧੀਆ ਅਸੀਂ ਨਾਲ ਨਾਲ ਸ਼ਰਧਾਂਜਲੀ ਜਿਹੜੀ ਹੈ 84 ਦੇ ਸ਼ਹੀਦਾਂ ਨੂੰ ਵੀ ਦਿੱਤੀ ਹੈ। ਅਤੇ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਥੋੜ੍ਹਾ ਜਿਹਾ ਸਾਹਿਤ ਰੰਗ ਵਾਲੇ ਪਾਸੇ ਜਾਣ ਨੂੰ। ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਆ ਬ੍ਰੇਕ ਤੋਂ ਬਾਅਦ। ਹਾਜ਼ਰ ਹੈ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਸਾਡੇ ਨਾਲ ਜੁੜੇ ਨੇ, ਬਹੁਤ ਵਧੀਆ ਗੱਲਾਂ ਬਾਤਾਂ ਹੋ ਰਹੀਆਂ। ਉਮੀਦ ਕਰਦੇ ਹਾਂ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ ਨੇ ਪ੍ਰੋਗਰਾਮ ਦਾ ਪੂਰਾ ਆਨੰਦ ਮਾਣ ਰਹੇ ਹੋਣਗੇ। ਫਿਰ ਜੁੜਦੇ ਹਾਂ ਡਾਕਟਰ ਧੁੱਗਾ ਜੀ ਨਾਲ ਅਤੇ ਕਰਦੇ ਹਾਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਜੀ। ਡਾਕਟਰ ਸਾਹਿਬ ਅਤੇ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ, ਅਤੇ ਨਾਲ ਦੀ ਨਾਲ ਨਾ ਜੀ ਇੱਕ ਜਦੋਂ ਹੁਣ ਪਹਿਲਾਂ ਮੋਬਾਈਲ ਆਏ ਆ, ਉਦੋਂ ਬਾਅਦ ਮੋਬਾਈਲ ਆ ਗਿਆ ਜੀ 2 ਸਿੰਮਾਂ ਵਾਲਾ, ਫਿਰ ਮੋਬਾਈਲ ਆ ਗਏ 5-5 ਸਿੰਮਾਂ ਵਾਲੇ ਮੋਬਾਈਲ ਆ ਗਏ, ਵੀ ਇੱਕ ਮੋਬਾਈਲ 5 ਸਿੰਮ ਪੈ ਜਾਂਦੇ। ਹੁਣ ਡਾਕਟਰ ਧੁੱਗਾ ਦੀ ਵੀ ਅਸੀਂ ਗੱਲ ਕਰੀਏ ਤਾਂ ਰੱਬ ਨੇ ਉਹਨਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਕਈ ਸਿੰਮ ਪਾਏ ਹੋਏ ਨੇ, ਜਿਹਦੇ 'ਚ ਇੱਕ ਸਾਹਿਤ ਦਾ ਸਿੰਮ ਵੀ ਹੈਗਾ। ਅਤੇ ਹੁਣ ਅਸੀਂ ਥੋੜ੍ਹੀ ਜਿਹੀ ਤੁਹਾਡੇ ਬਾਰੇ ਪਰਸਨਲ ਗੱਲ ਜ਼ਰੂਰ ਕਰਨੀ ਚਾਹਵਾਂ, ਕਿਉਂਕਿ ਅਸੀਂ ਕਿਸੇ ਵੀ ਮਹਿਮਾਨ ਨਾਲ ਗੱਲ ਕਰਦੇ ਨੇ ਜੀ, ਅਤੇ ਪੂਰੀ ਦੁਨੀਆ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਦੇਖਦੇ ਨੇ। ਫਿਰ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਤਾਂ ਕਈ ਫਿਰ ਘਰਾਂ ਦੇ ਵਿੱਚ ਕਿਆਸ ਰਾਈਆਂ ਲਾਉਂਦੇ ਆ ਵੀ ਇਹ ਬੋਲੀ ਆਪਣੇ ਇਲਾਕੇ ਦੀ ਲੱਗਦੀ ਆ, ਫਲਾਣੇ ਪਿੰਡ ਦੇ ਨੇੜੇ ਤੇੜੇ ਲੱਗਦਾ। ਸੋ ਇੱਕ ਤਾਂ ਪਹਿਲਾਂ ਸ਼ੁਰੂਆਤ ਅਸੀਂ ਇੱਥੋਂ ਕਰਦੇ, ਤੁਹਾਡੀ ਬੈਕਗ੍ਰਾਊਂਡ ਦੀ, ਇਹ ਪੰਜਾਬ ਦੇ ਵਿੱਚੋਂ ਕਿਹੜੀ ਜਗ੍ਹਾ ਤੇ ਕਿਵੇਂ ਤੁਹਾਡੀ ਉੱਥੇ ਸ਼ੁਰੂਆਤ ਹੋਈ ਸਾਹਿਤ ਵਾਲੇ ਪਾਸੇ? ਭਾਜੀ ਆਪਣਾ ਜਿਹੜਾ ਸਾਡਾ ਪਿੰਡ ਆ ਹੁਸ਼ਿਆਰਪੁਰ ਡਿਸਟ੍ਰਿਕਟ ਚ ਧੁੱਗਾ ਕਲਾਂ, ਸਾਡਾ ਗੋਦ ਪਿੰਡ ਦਾ ਨਾਂ ਵੀ ਧੁੱਗਾ ਕਲਾਂ। ਇਹ ਜਲੰਧਰ ਪਠਾਨਕੋਟ ਟਾਂਡਾ ਗੜਦੀ ਵਾਲਾ ਦਸੂਆ ਉਸ ਏਰੀਏ ਚ ਹੈਗਾ ਦੁਆਬੇ ਚ। ਮੈਂ ਪਿੰਡ ਤੋਂ ਬਾਅਦ ਫਿਰ ਚੰਡੀਗੜ੍ਹ ਮੈਂ ਮੈਡੀਕਲ MBBS ਪਟਿਆਲੇ ਤੋਂ ਕੀਤੀ, ਫਿਰ ਮੈਂ ਜਦੋਂ ਇੱਥੇ ਪ੍ਰੈਕਟਿਸ ਆ ਹੁਣ ਆਪਣੀ। ਜਿਹੜਾ ਸਾਹਿਤ ਆ ਨਾ ਜੀ ਭਾਜੀ, ਇਹ ਤੁਸੀਂ ਕਹਿ ਲਓ ਵੀ ਜਦੋਂ ਜਿਹਨੂੰ ਹੁੰਦਾ ਉਹ ਰੱਬ ਵੱਲੋਂ ਹੀ ਹੋ ਜਾਂਦਾ। ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ, ਸਾਡੀ ਫੈਮਿਲੀ 'ਚ ਐਜੂਕੇਸ਼ਨ ਦੀ ਬੈਕਗ੍ਰਾਊਂਡ ਬਹੁਤ ਆ, ਮੇਰੇ ਫਾਦਰ ਸਾਹਿਬ ਪ੍ਰਿੰਸੀਪਲ ਰਿਟਾਇਰ ਹੋਏ, ਮਦਰ ਵੀ ਟੀਚਰ ਸੀ, ਘਰ ਦੇ ਵਿੱਚ ਬੁੱਕਸ ਮੈਗਜ਼ੀਨ ਇੱਦਾਂ ਦੇ ਅਖਬਾਰਾਂ ਸਾਰੀਆਂ। ਸੋ ਪੜ੍ਹਨ ਦਾ ਸ਼ੌਕ ਸੀ ਸ਼ੁਰੂ ਤੋਂ, ਤੇ ਥੋੜਾ ਥੋੜਾ ਲਿਖਣ ਦਾ ਸੀ, ਪਰ ਉਹਨੂੰ ਕਦੀ ਸੀਰੀਅਸਲੀ ਨਹੀਂ ਕੋਈ ਲਿਖਿਆ ਵੀ ਉਹ ਕੋਈ ਸੰਭਾਲਿਆ ਨਹੀਂ। ਜਦਕਿ ਮੈਂ ਜਦੋਂ ਇੱਕ ਵਾਰ ਯੂਨੀਵਰਸਿਟੀ ਦੇ ਵਿੱਚ ਸਾਡਾ ਯੰਗ ਰਾਈਟਰਸ ਕੰਪੀਟੀਸ਼ਨ ਹੋਇਆ ਸੀ, ਉਦੋਂ ਮੈਨੂੰ 2nd prize ਮਿਲਿਆ ਸੀ, ਪਰ ਉਹਨੂੰ ਘੱਟ ਕੀਤਾ। ਹੁਣ ਲੇਟਲੀ ਜਦੋਂ ਫਾਰਮਰਸ ਪ੍ਰੋਟੈਸਟ ਵੇਲੇ ਥੋੜਾ ਸਾਰੇ ਸਾਡੇ ਅਸੀਂ ਇਮੋਸ਼ਨਲ ਹੋਏ, ਥੋੜਾ ਉਦੋਂ ਲਿਖਣਾ ਸ਼ੁਰੂ ਕੀਤਾ। ਫਿਰ ਮੈਂ ਸੋਸ਼ਲ ਮੀਡੀਆ ਤੇ ਥੋੜਾ ਐਕਟਿਵ ਹੋਇਆ ਤੇ ਰਿਸਪੋਂਸ ਬਹੁਤ ਸਾਰਿਆਂ ਨੇ ਸਲਾਹਿਆ, ਇਨਕਰੇਜਮੈਂਟ ਹੋਈ, ਤੇ ਹੁਣ ਮੈਂ ਥੋੜਾ ਰੈਗੂਲਰ ਲਿਖਦਾ, ਫਿਰ ਲਿਖਦਾ ਉਹਨੂੰ ਸੰਭਾਲਣ ਦੀ ਵੀ ਕੋਸ਼ਿਸ਼ ਕਰਦਾ, ਕਿਉਂਕਿ ਬਹੁਤ ਪਸੰਦ ਕੀ ਸਰ। ਥੈਂਕ ਯੂ, ਤੁਸੀਂ ਵੀ ਬਹੁਤ ਇਨਕਰੇਜਿੰਗ ਮੈਸੇਜਸ ਹੁੰਦੇ ਤੁਹਾਨੂੰ ਦੇਖ ਕੇ ਪੜ੍ਹ ਕੇ। ਤੋਂ ਇੱਦਾਂ ਜਿਹੜਾ ਸਫ਼ਰ ਹੈ ਇਹ ਨਾਲ ਦੀ ਨਾਲ ਚੱਲ ਰਿਹਾ। ਅਤੇ ਵੈਸੇ ਜਿਵੇਂ ਤੁਸੀਂ ਡਾਕਟਰ ਪੇਸ਼ੇ ਵਜੋਂ ਡਾਕਟਰ ਹੋ, ਸਾਡੇ ਹੋਰ ਜਿਹੜੇ ਸਾਹਿਤਕਾਰ ਨੇ ਉਹਨਾਂ ਨੂੰ ਡਾਕਟਰ ਦੀ ਉਪਾਧੀ ਬਾਅਦ ਦੇ ਵਿੱਚ ਮਿਲੀ ਹੈ ਕਿਸੇ ਨਾ ਕਿਸੇ ਤਰੀਕੇ, ਡਾਕਟਰ ਸੁਰਜੀਤ ਪਾਤਰ ਜਾਂ ਕਿਸੇ ਨੂੰ ਅਸੀਂ ਕਹਿ ਦਿੰਦੇ ਹਾਂ, ਪਰ ਤੁਸੀਂ ਪੇਸ਼ੇ ਵਜੋਂ ਡਾਕਟਰ ਹੋ ਅਤੇ ਨਾਲ ਤੁਸੀਂ ਇਹ ਸਾਹਿਤ ਰੱਖਿਆ ਹੋਇਆ, ਅਤੇ ਇਹ ਆਪਸ ਦੇ ਵਿੱਚ ਵੈਸੇ ਬਾਹਲਾ ਨੇੜੇ ਨਹੀਂ ਸਮਝਿਆ ਜਾਂਦਾ, ਕਿਉਂਕਿ ਡਾਕਟਰੀ ਪੇਸ਼ਾ ਡਾਕਟਰੀ ਪੜ੍ਹਾਈ ਇੰਨੀ ਜ਼ਿਆਦਾ ਕਿ ਇੱਧਰਲੇ ਪਾਸੇ ਧਿਆਨ ਨਹੀਂ ਜਾਂਦਾ, ਅਤੇ ਫਿਰ ਵੀ ਤੁਸੀਂ ਇੱਥੇ ਕਿਸੇ ਸੰਸਥਾ ਦੇ ਨਾਲ ਜੁੜੇ ਹੋ ਜਾਂ ਕਿੱਦਾਂ ਸਾਹਿਤ ਦੀ ਜਿਹੜੀ ਗੱਲ ਕਰਦੇ? ਸਾਹਿਤ ਭਾਜੀ ਇੱਕ ਦੇਖੋ ਜਿਹੜੀ ਨਾ ਜਿਹੜਾ ਆਰਟ ਹੈ, ਕਲਾ ਹੈ ਨਾ, ਕੋਈ ਵੀ ਉਹ ਹਰ ਇੱਕ ਬੰਦੇ 'ਚ ਜਾਂ ਉਹਦੇ 'ਚ ਰੱਬ ਨੇ ਕੋਈ ਨਾ ਕੋਈ ਟੈਲੈਂਟ ਦਿੱਤਾ ਹੁੰਦਾ, ਜਾਂ ਐਟਲੀਸਟ ਅਪਰੀਸ਼ੀਏਟ ਕਰਨ ਦਾ ਜ਼ਰੂਰ ਹੁੰਦਾ, ਕਿ ਕਈ ਲੋਕਾਂ ਨੂੰ ਪੜ੍ਹਨ ਦਾ ਵੀ ਹੁੰਦਾ, ਕਈਆਂ ਨੂੰ ਲਿਖਣ, ਕਈਆਂ ਨੂੰ ਪੇਂਟਿੰਗ ਦਾ ਹੁੰਦਾ, ਯੂਨੋ ਹਰ ਇੱਕ, ਕਈਆਂ ਨੂੰ ਗਾਉਣ ਦਾ ਹੁੰਦਾ, ਯੂਨੋ। ਸੋ ਇਹ ਸ਼ੌਕ ਹੁੰਦੇ ਆ, ਕਈ ਵਾਰੀ ਉਹ ਸਪਰੈਸ ਹੋ ਜਾਂਦੇ ਕਿਉਂਕਿ ਜ਼ਿੰਦਗੀ 'ਚ ਕੰਮ ਇੱਦਾਂ ਦੇ ਹੋ ਜਾਂਦੇ ਆ, ਪਰ ਜੇ ਮੌਕਾ ਮਿਲੇ ਤੇ ਜ਼ਰੂਰ ਆਪਣੇ ਆਪ ਨੂੰ ਐਕਸਪਲੋਰ ਕਰਨਾ ਚਾਹੀਦਾ, ਕਿਉਂਕਿ ਜਿਹੜੀ ਸਾਡੀ ਸਾਡੀ ਜ਼ਿੰਦਗੀ ਹੈ ਨਾ, ਇਹਦੇ ਵਿੱਚ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ। ਦੇਖੋ ਐਜੂਕੇਸ਼ਨ ਜਿਹੜੀ ਹੈ ਨਾ, ਜਾਂ ਡਾਕਟਰੀ ਦੀ ਡਿਗਰੀ ਹੈ, ਜਾਂ ਜਿਹੜਾ ਵੀ ਕਿਸੇ ਦਾ ਕੋਈ ਪ੍ਰੋਫੈਸ਼ਨ ਆ, ਕੋਈ ਇੰਜੀਨੀਅਰ ਆ, ਤੁਸੀਂ ਮੀਡੀਆ ਦੀ ਇੱਕ ਬੜੀ ਵੱਡੀ ਪਰਸਨੈਲਿਟੀ ਹੋ, ਤੁਹਾਡੀ ਇਹ ਸਾਰੇ ਸਾਡੇ ਇੱਕ ਕੇਵਲ ਪ੍ਰੋਫੈਸ਼ਨ ਬਣ ਜਾਂਦੇ ਆ। ਬਹੁਤ ਘੱਟ ਹੁੰਦਾ ਵੀ ਤੁਹਾਡਾ ਸ਼ੌਕ ਵੀ ਉਹੀ ਹੋਵੇ ਤੇ ਫਿਰ ਤੁਹਾਡਾ ਪ੍ਰੋਫੈਸ਼ਨ ਉਹੀ ਹੋ ਜਾਏ, ਪਰ ਜੇ ਤੁਹਾਡੇ ਕੋਈ ਸ਼ੌਕ ਹੋਣੇ ਆ ਤੇ ਉਹ ਜ਼ਰੂਰ, ਜਿਹਨੂੰ ਤੁਸੀਂ ਕਿਸੇ ਸਾਰਥਕ ਤਰੀਕੇ ਨਾਲ ਯੂਜ਼ ਕਰ ਸਕੋ, ਤੁਸੀਂ ਵੀ ਯੂਨੋ ਮੇਰੀ ਜਿਹੜੀ ਸ਼ਾਇਰੀ ਪੜ੍ਹਦੇ ਹੋ, ਉਹ ਜਿਵੇਂ ਕਹਿੰਦੇ ਨਾ ਕਿ ਸ਼ਾਇਰੀ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਜ਼ਿਕਰ ਦੀ ਹੁੰਦੀ ਹੈ ਤੇ ਇੱਕ ਫਿਕਰ ਦੀ ਹੁੰਦੀ ਹੈ।
जी जिक्र दी आप थोड़ी जी एंटरटेनमेंट कह लो ज हल्की फुल्की शायरी हिंदी एक हूँ फिक्र की जिद जिंदगी दल करते हैं। सो मेरा थोड़ा जा कोशिश जी इदा दी जो मैं लिखा वह कोई मैसेज हो मैनू भी आप दोबारा पढ़ के चंगा लगे। बिल्कुल तुहाडी शायरी जिन्नी पढ़ते हैं वाकई जिक्र वाले पासे घट है तो फिक्र वाले पासे ज्यादा है। कोई भी गल जी तुसी करदे हो तो बड़ी चंगी गल है जी। फिक्र करन वाले लोग बहुत घट होंदे है, जिक्र करन वाले तो अनेक मिल जाते हैं। सो जिहड़ा तुसी हुण तक लिखिया जां लिख रहे हो तो इहनूं फिर किसी किताब के रूप में कीता जां करन बारे विचार कर रहे हो जां नहीं? हाँ जी मैं हूँ लिख तो काफ़ी लिया जी पहला वैसे मैं लिख के अपने कोल ही हुंदा सी पर हूँ सोशल मीडिया से होने करके ना रिस्पोंस काफ़ी मिलन करके बहुत सारे ने कह के उन्हें बुक की फॉर्म च होना चाहिए। सो जे नो परमात्मा की कृपा रही थोड़ा सारा का आशीर्वाद रहा तो नैक्सट ईयर इनू एक बुक के रूप से लिया जाएगा। वाह जी वाह बड़ी चंगी गल है। तो फिर जिहड़ा असी अगर साडे दर्शक भी जरूर चाहणगे भी जिक्र करी जांदे ने फिक्र करी जांदे ने तो मतलब कुछ सुना भी देन तो ज़्यादा वधिया। कोई जे चार लाइना कोई भी तुहाडियां मनपसंद जिहड़ियां तुसी साडे दर्शकां नाल सांझियां कर लो तो बड़ी चंगी गल है जी। हाँ जी मैं एक दो दिन पहला लिखा सी जी। देखो ये जी मैंने ऑप्टिमिस्टिक होना चाहिए बंदे नू लाइफ दे विच जिहड़ी होप है वह भी एक बड़ी वड्डी चीज़ है जी ते अपने इरादे भी उच्चे रखने चाहिए उन्हें रिलेटेड है जी भाजी। जी यादा जिस दिन सीने च दफन हो गई यादा जिस दिन सीने च दफन हो गई नैणा चो आपे ही सुक जाणगे वाह जी इरादे जिस दिन अंबरां नू छूण लग गए इरादे जिस दिन अंबरां नू छूण लग गए तारे आपे ही पैरां च झुक जाणगे चलाकियां नाल नहीं कोई जित्या कदे वाह चलाकियां नाल नहीं कोई जित्या कदे जित रोज दियां मेहनतां दा ताज है चलाकियां नाल नहीं कोई जित्या कदे जित रोज दियां मेहनतां दा ताज है लो सच्चाई दी रात पर जे बलदी रही नेरे झूठां दे आपे ही लुक जाण। थैंक यू। वाह जी वाह जी वाह बहुत वधिया डॉक्टर साहब बहुत वधिया। तो असी नाल नाल एक मैं कितने पढ़ रहा सीगा किताबां दी गल कर रहे सी कोई बच्चे नूं किसे अजकल दे जमाने दी गल आ कि बैठे होने बाहर गए गए होने तो लेडी किताब पढ़ रहे सी तो बच्चा उहदा वी नाल बुक फड़ी सी पढ़न दी तो उहनूं नहीं आउंदी होणी तो बंदे किसे ने सवाल किया भी तुसीं इहनूं अज दे जमाने दे विच तुसीं किताब फड़ाई हुई अजकल आईपैड जे वो सारा कुछ हैगा। वो कहिंदी मैं नहीं फड़ाई इह इह मैं फड़ी पढ़नी करके इह मेरी रीस कर रहा तो ये तां ये बुक प फड़ी है तो बुक ही पढ़ेगा। तो अजकल जो किताबां पढ़न का रुझान हैगा साढ़े पंजाबियों की आप जो गल करिए खास तौर पर साहित्य पढ़न का किताबा पढ़न का रुझान बिल्कुल तकरीबन खत्म होने के किनारे ही है। वह की कारण असी न्यूयॉर्क रेंदे सी डॉक्टर साहब पहले हूँ न्यूयॉर्क ट्रेन पर जाते पब्लिक ट्रांसपोर्ट से असी जाइएगा सीगा ऑफिस में क्योंकि गड्डी पार्किंग की बड़ी प्रॉब्लम होंगी तो असी गड्डी दे विच असी देखते सी ते जिहड़े कोई हैगे ने इधरले लोग गोरे जां गोरे तकरीबन तकरीबन तो वह बैठे आ चाहे खड़े आ तो उन्होंने किताब उत्थे खोली हुंदी सी। ते अपने ये रुझान किताबां दा क्यों घट गया पंजाबियों दे विच? एक घटना यह वधना चाहिए घट गया बिल्कुल तुहाडी गल ठीक है। कई कारण ने सब तो वड्डा तां साडे घरां दा जिहड़ा माहौल है जिवें तुसीं कहा मदर दे नाल जे बच्चे ने किताब फड़ी जो तुसीं करदे हो बच्चे सिखदे ने। सब तो पहला तो आप गल करते हैं भी किताबा पढ़निया जरूरी क्यों ने। जी, देखो जो ज्ञान है ना ये डिग्रिया च नहीं होंगे यू नो डिग्रिया कई बार वे वे डिग्रिया वालों भी जी दुनियावी सियाणप घट होंगी है तो कई बंदे इन्ने सियाने होंगे भी आप पिंड च भी देखते रहे भी लोग दूरों दूरों की सलाह लैन आए। सो सियाणप है ज जो भी तुम ज्ञान है ना अखर चो मिलता साडा तो देखो धर्म ही है साडे तो एक किताब नू गुरु ग्रंथ साहब नू साडा गुरु बना के गए गुरु साहब जी तो साडे च सब तो वध पढ़न दा रुझान होना चाहिए सी पर होया ये कि वो हौली हौली घटदा घटदा वो घट रहा। उहदे विच एक तो आप यू नो यही कह सकते हैं कि हर एक नू ये गल नू समझण दी लोड़ है कि क्यों किताबां पढ़निया जरूरी ने ते घर दे विच रखणियां जरूरी ने। घर च किताबां पईयां होणगियां ते बच्चे अपने आप पढ़ने मैगजीन अखबार
ਜਾਂ ਕਿਤਾਬਾਂ ਜ਼ਰੂਰ ਪਈਆਂ ਉਹ ਕਬਰਡ 'ਚ ਨਹੀਂ ਪਈਆਂ ਹੋਣੀਆਂ ਚਾਹੀਦੀਆਂ, ਬਾਹਰ ਟੇਬਲ 'ਤੇ ਪਈਆਂ ਹੋਣੀਆਂ ਚਾਹੀਦੀਆਂ ਕਿ ਬੱਚਿਆਂ ਨੂੰ ਉਹ ਦੇਖਣ 'ਤੇ ਸ਼ੌਕ ਬਣੇ ਪੜ੍ਹਨ ਦਾ। ਕਿਉਂਕਿ ਕਿਤਾਬਾਂ ਜਿਹੜੀਆਂ ਨਾ ਉਹ ਜਿਹੜੇ ਸਿਆਣੇ ਅੱਗੇ ਤੋਂ ਲਾਇਬ੍ਰੇਰੀ ਨੂੰ ਮੰਦਿਰ ਕਹਿੰਦੇ ਹੁੰਦੇ ਸੀਗੇ, ਮੱਥਾ ਟੇਕ ਕੇ ਅੰਦਰ ਵੜਦੇ ਹੁੰਦੇ ਸੀ ਲਾਇਬ੍ਰੇਰੀਆਂ ਦੇ ਵਿੱਚ। ਸੋ ਕਿਤਾਬਾਂ ਦੀ ਇੱਕ ਬੜੀ ਵੱਡੀ ਅਹਿਮੀਅਤ ਆ। ਇੱਕ ਥੋੜ੍ਹਾ ਜਿਹਾ ਕਸੂਰ ਭਾਜੀ ਆਪਾਂ, ਮੈਂ ਇਹ ਵੀ ਸਮਝਦਾ ਕਿ ਲੇਟਲੀ ਜੋ ਲਿਖਿਆ ਗਿਆ ਨਾ ਉਹ ਕਈ ਵਾਰੀ ਪੜ੍ਹਨ ਵਾਲੇ ਦੇ ਵੀ ਸਿਰ ਦੇ ਉੱਪਰ ਦੀ ਲੰਘ ਜਾਂਦਾ, ਜੀ। ਤੇ ਲਿਖਣ ਦਾ ਵੀ ਮੈਂ ਆਪ ਵੀ ਕੋਸ਼ਿਸ਼ ਕਰਦਾ ਹੁੰਦਾ ਕਿ ਇੰਨੀ ਸ਼ਬਦਾਵਲੀ ਜਾਂ ਵਿਸ਼ੇ ਇੱਦਾਂ ਦੇ ਨਾ ਹੋਣ ਜਿਹੜੇ ਆਮ ਲੋਕਾਂ ਨਾਲ ਜੁੜੇ ਹੀ ਨਾ ਹੋਣ। ਜਿਵੇਂ ਆਪਾਂ ਜ਼ਿਕਰ ਦੀ ਤੇ ਫਿਕਰ ਦੀ ਗੱਲ ਕੀਤੀ ਹੈ, ਹੁਣ ਜੇ ਆਪਾਂ ਉਹ ਚੰਨ ਤਾਰਿਆਂ ਦੀਆਂ ਗੱਲਾਂ ਕਰਦੇ ਨਾ ਕੋਈ ਕਿਸੇ ਨਾਲ ਰਿਲੇਟਡ ਹੀ ਨਾ ਹੋਵੇ ਤਾਂ ਲੋਕਾਂ ਦਾ ਇੰਟਰਸਟ ਵੀ ਘੱਟ ਜਾਂਦਾ। ਜੇ ਲੋਕਾਂ ਦੇ ਰੋਜ਼ਾਨਾ ਜ਼ਿੰਦਗੀ ਦੀਆਂ, ਹੁਣ ਮੈਂ ਆਪਾਂ ਤੁਸੀਂ ਮੇਰੇ ਨਾਲ ਜੁੜੇ ਹੋ ਸੋਸ਼ਲ ਮੀਡੀਆ ਦਾ ਆਪਾਂ ਦੇਖਦੇ ਹਾਂ ਕਿੰਨਾ ਰਿਸਪੋਂਸ ਆ, ਲੋਕੀ ਪੜ੍ਹਦੇ ਨੇ ਕਮੈਂਟਸ ਨੂੰ ਦਿੰਦੇ ਨੇ, ਤੇ ਰੁਝਾਨ ਹੈ ਜੇ ਆਪਾਂ ਉਹਨੂੰ ਸਹੀ ਤਰੀਕੇ ਨਾਲ ਪ੍ਰਜੈਂਟ ਕਰੀਏ। ਸੋ ਲਿਖਣ ਵਾਲਿਆਂ ਨੇ ਵੀ ਥੋੜ੍ਹਾ ਚਾਹੀਦਾ ਕਿ ਉਹ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਲਿਖਣ, ਤੇ ਇੰਨਾ ਕੁ ਈਜ਼ੀ ਹੋਵੇ, ਪੜ੍ਹਿਆ ਵੀ ਜਾ ਸਕੇ ਤੇ ਸਮਝਿਆ ਵੀ ਜਾ ਸਕੇ। ਨਿੰਦਰ ਸਿੰਘ ਕਪੂਰ ਦੀਆਂ ਮੈਂ ਕਈ ਵਾਰ ਐਗਜ਼ਾਮਪਲ ਦਿੰਦਾ ਹੁੰਦਾ ਜੀ, ਉਹਨਾਂ ਦੀ ਉਹ ਮਾਲਾ ਮਣ ਕੇ ਜਿਹੜੀ ਕਿਤਾਬ ਇੰਨੀ ਮਸ਼ਹੂਰ ਹੋਈ ਆ, ਉਹ ਲੇਟਲੀ ਉਹ ਲੱਖਾਂ ਦੀ ਗਿਣਤੀ 'ਚ ਵਿਕੀ ਆ, ਪੰਜਾਬੀ ਕਿਤਾਬਾਂ ਨੇ ਫਟ ਗਈਆਂ ਸੀ। ਤੋ ਇਹੀ ਹੈ ਕਿ ਉਹ ਬੜੀ ਸਿੰਪਲ ਹੈ ਆਮ ਲੋਕਾਂ ਦੀਆਂ, ਜਿੱਥੋਂ ਤੁਸੀਂ ਕੋਈ ਸਿੱਖ ਸਕਦੇ ਹੋ, ਤੇ ਉਹ ਲੋਕਾਂ ਨੇ ਬਹੁਤ ਖਰੀਦ ਕੇ ਪੜ੍ਹੀ ਹੈ। ਸੋ ਥੋੜ੍ਹਾ ਜਿਹਾ ਲਿਖਣ ਵਾਲਿਆਂ ਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਕੁਛ ਜਿਹੜੀ ਸਾਡੇ ਘਰ ਦਾ ਮਾਹੌਲ ਜਿਹੜਾ ਉਹ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਕਿਤਾਬਾਂ ਜਿਹੜੀਆਂ ਨੇ ਨਾ ਇਹ ਬਹੁਤ ਜ਼ਰੂਰੀ ਨੇ ਪੜ੍ਹਨੀਆਂ ਵੀ। ਸਾਡੇ ਜਿਗਸਾ ਸਾਡੇ ਮੇਰੇ ਗ੍ਰੈਂਡ ਫਾਦਰ ਹੁੰਦੇ ਸੀ, ਉਹ ਕਿਤਾਬ ਨੂੰ ਪੜ੍ਹਨ ਤੋਂ ਖੋਲਣ ਤੋਂ ਪਹਿਲਾਂ ਮੱਥਾ ਟੇਕਦੇ ਹੁੰਦੇ ਸੀ। ਪੁਰਾਣੇ ਬਜ਼ੁਰਗ ਰੋਟੀ ਨੂੰ ਵੀ ਮੱਥਾ ਟੇਕ ਕੇ ਜਾਂ ਅਰਦਾਸ ਕਰਕੇ ਖਾਣਾ ਸ਼ੁਰੂ ਕਰਦੇ ਹੁੰਦੇ ਸੀਗੇ ਵੀ ਖਾਣੇ ਦੀ ਭਾਵੇਂ ਸਾਡੇ ਘਰੋਂ ਆ, ਪਰ ਇਹ ਇਹ ਕਦਰ ਕਰੋ। ਸੋ ਕਿਤਾਬਾਂ ਦੀ ਕਦਰ ਆਪਾਂ ਕਰਾਂਗੇ, ਰਿਸਪੈਕਟ ਕਰਾਂਗੇ, ਤੇ ਤਾਂ ਹੀ ਸਾਡੇ ਬੱਚੇ ਕਰਨਗੇ। ਬਿਲਕੁਲ ਜੀ ਡਾਕਟਰ ਸਾਹਿਬ, ਬ੍ਰੇਕ ਇੱਕ ਛੋਟੀ ਜਿਹੀ ਹੋਰ ਆ, ਅਤੇ ਉਸ ਤੋਂ ਬਾਅਦ ਫਿਰ ਆਪਾਂ ਲਗਾਤਾਰ ਥੋੜ੍ਹੀ ਦੇਰ ਹੋਰ ਤੁਹਾਨੂੰ ਇਸ ਤਰ੍ਹਾਂ ਕਸ ਦੇਵਾਂਗੇ, ਅਤੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ ਜੀ। ਡਾਕਟਰ ਤੁੱਗਾ ਸਾਹਿਬ ਗੱਲਬਾਤ ਕਰ ਰਹੇ ਨੇ ਜੀ, ਬ੍ਰੇਕ ਤੋਂ ਬਾਅਦ ਵੀ ਅਸੀਂ ਕੋਈ ਨਾ ਕੋਈ ਜ਼ਰੂਰ ਵਿਸ਼ਾ ਲੈ ਕੇ ਹੋਰ ਵੱਖਰਾ ਟੌਪਿਕ ਇਸ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਬ੍ਰੇਕ ਲੈਣੇ, ਦੇਖਦੇ ਰਹੋ ਜਸ ਪੰਜਾਬੀ ਜੀ। ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਗੁਰਪ੍ਰੀਤ ਤੁੱਗਾ ਸਾਹਿਬ, ਡਾਕਟਰ ਗੁਰਪ੍ਰੀਤ ਤੁੱਗਾ ਜੀ ਸਾਡੇ ਨਾਲ ਜੁੜੇ ਨੇ। ਹੁਣ ਅਸੀਂ ਬ੍ਰੇਕ ਤੋਂ ਬਾਅਦ ਜਿਹੜਾ ਪ੍ਰੋਗਰਾਮ ਆਖਰੀ ਸੈਗਮੈਂਟ ਹੈਗਾ ਸਾਡਾ, ਇਹਦੇ 'ਚ ਵੀ ਕੁਛ ਨਾ ਕੁਛ ਖਾਸ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਸਾਹਿਬ ਦੇ ਨਾਲ। ਡਾਕਟਰ ਸਾਹਿਬ, ਅਤੇ ਬਾਕੀ ਬਹੁਤ ਵਧੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਰੰਗ ਅਸੀਂ ਪੇਸ਼ ਕੀਤੇ, ਸਾਡੇ ਦਰਸ਼ਕਾਂ ਵਾਸਤੇ ਬੜਾ ਚੰਗਾ ਲੱਗ ਰਿਹਾ। ਅਤੇ ਅਖੀਰ ਦੇ ਵਿੱਚ ਅਸੀਂ ਪ੍ਰੋਗਰਾਮ ਦੇ ਆਖਰੀ ਸੈਗਮੈਂਟ ਦੇ ਵਿੱਚ ਵੀ ਅਸੀਂ ਚਾਹੁੰਦੇ ਕੋਈ ਐਸੀ ਚੀਜ਼ ਕਰਕੇ ਗੱਲ ਕਰਕੇ ਜਾਈਏ ਜਿਹਦਾ ਲੋਕਾਂ ਨੂੰ ਕੋਈ ਫਾਇਦਾ ਹੋਏ। ਮੈਂ ਕਰਨੀ ਚਾਹੁੰਦਾ ਜੀ ਗੱਲ, ਚਾਹੇ ਇੰਡੀਆ 'ਚ, ਚਾਹੇ ਅਮਰੀਕਾ, ਚਾਹੇ ਕੈਨੇਡਾ, ਕੋਈ ਵੀ ਮੁਲਕ ਹੈਗਾ, ਇੱਕ ਵੱਖਰੀ ਤਰ੍ਹਾਂ ਦੀ ਬਿਮਾਰੀ ਜਿਹੜੀ ਡਿਪਰੈਸ਼ਨ ਦੀ ਹੈਗੀ ਹੈ, ਇਹ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ। ਅਤੇ ਇਹਦੇ 'ਚ ਕੋਈ ਉਮਰ ਦਾ ਉਹ ਹੈ ਨਹੀਂ, ਪਹਿਲਾਂ ਤਾਂ ਇਹ ਹੁੰਦਾ ਨਾ ਬੰਦਾ ਉਮਰ ਜ਼ਿਆਦਾ ਅਤੇ ਉਹ ਟੈਨਸ਼ਨਾਂ ਵਾਲੀਆਂ ਜੀ, ਆਹ ਵੀ ਕਰਜ਼ਾ ਅਤੇ ਉਹ ਵੀ ਕਰਜ਼ਾ ਅਤੇ ਫਲਾਨਾ ਕੁੜੀ ਦਾ ਵਿਆਹ ਕਰਨਾ, ਧਮਕੜਾ ਕਰਨਾ, ਅਤੇ ਅੱਜ ਕੱਲ੍ਹ ਉਹੋ ਜਿਹੀ ਗੱਲ ਕੋਈ ਹੈ ਨਹੀਂ, ਅਤੇ ਛੋਟੇ ਨਿਆਣੇ ਵੀ ਇਹਦਾ ਸ਼ਿਕਾਰ ਹੋ ਰਹੇ ਨੇ, ਇਹਦਾ ਕਾਰਨ ਕੀ ਹੈ ਜੀ? ਇਹ ਭਾਜੀ ਬਹੁਤ ਇੰਪੋਰਟੈਂਟ ਅਤੇ ਕੰਪਲੀਕੇਟਡ ਵਿਸ਼ਾ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਡਿਪਰੈਸ਼ਨ ਜਿਹੜੀ ਆ ਉਹ ਆਲ ਓਵਰ ਦਾ ਵਰਲਡ ਜਿਹੜੀ ਵੱਧ ਰਹੀ ਹੈ ਜੀ। ਵੈਸਟਰਨ ਕੰਟਰੀਜ਼ ਦੀ ਪ੍ਰੋਬਲਮ ਹੁੰਦੀ ਸੀ, ਹੁਣ ਇੰਡੀਆ 'ਚ ਵੀ ਬਹੁਤ ਹੈ, ਜਿਵੇਂ ਹੁਣ ਮੈਂਸ਼ਨ ਕੀਤਾ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਇਹ ਹੋ ਰਹੀ ਹੈ ਜੀ। ਸੋ ਡਿਪਰੈਸ਼ਨ ਦੀ ਇੱਕ ਗੱਲ ਚੰਗੀ ਜ਼ਰੂਰ ਹੈ ਕਿ ਇਹਦਾ ਇਲਾਜ ਹੈਗਾ, ਮੈਡੀਕੇਸ਼ਨਸ ਬਹੁਤ ਵਧੀਆ ਆ ਗਈਆਂ। ਸੋ ਪਹਿਲੀ ਹੈ ਕਿ ਜੇ ਕੋਈ ਬੰਦਾ ਡਿਪਰੈਸ ਹੈ ਤੇ ਉਹਨੂੰ ਉਸ ਗੱਲ ਨੂੰ ਲੁਕਾਉਣਾ ਨਹੀਂ ਚਾਹੀਦਾ, ਉਹ ਗੱਲ ਜ਼ਰੂਰ ਕਰਨੀ ਚਾਹੀਦੀ ਆ ਡਾਕਟਰ ਨਾਲ, ਆਪਣੀ ਫੈਮਿਲੀ ਦੇ ਵਿੱਚ, ਯਾਰਾਂ ਦੋਸਤਾਂ ਦੇ ਵਿੱਚ ਇਹ ਗੱਲ ਜ਼ਰੂਰ, ਕਿਉਂਕਿ ਇਹਦਾ ਇਲਾਜ ਵੀ ਜਿਹੜਾ ਇਕੱਲੀਆਂ ਦਵਾਈਆਂ ਹੀ ਨਹੀਂ ਹੈ, ਉਹ ਤੁਹਾਡੀ ਜਿਹੜੀ ਆਪਣੀ ਕਈ ਵਾਰ ਕਾਉਂਸਲਿੰਗ ਹੈ ਜਿਹੜੀ, ਉਹ ਭਾਵੇਂ ਆਪਣੇ ਪਰਿਵਾਰ ਨਾਲ ਹੋਵੇ, ਭਾਵੇਂ ਦੋਸਤਾਂ ਮਿੱਤਰਾਂ ਨਾਲ ਹੋਵੇ, ਜਾਂ ਡਾਕਟਰ ਨਾਲ ਗੱਲ ਕਰਕੇ, ਸੋ ਇਹਨਾਂ ਨੂੰ ਕਦੇ ਲੁਕਾਉਣਾ ਨਹੀਂ ਚਾਹੀਦਾ। ਸੋ ਪਹਿਲੀ ਗੱਲ ਤਾਂ ਇਹ। ਦੂਸਰੀ ਜਿਹੜਾ ਤੁਸੀਂ ਪੁੱਛ ਰਿਹਾ ਸੀ ਕਿ ਇਹ ਕਿਉਂ ਹੈ, ਹਾਂਜੀ, ਇਹਦੇ 'ਚ ਕਾਰਨ ਤੇ ਹੋਰ ਵੀ ਕਈ ਨੇ, ਪਰ ਜਿਹੜਾ ਇੱਕ ਮੇਨ ਕਾਰਨ ਰੀਸੈਂਟਲੀ ਜਾਂ ਪਿਛਲੇ 20-25 ਸਾਲ ਤੋਂ ਜ਼ਿਆਦਾ ਵਧਣ ਦਾ ਰੀਜ਼ਨ ਇਹ ਹੈ ਕਿ ਜ਼ਿੰਦਗੀ ਜਿਹੜੀ ਹੈ ਨਾ ਬਹੁਤ ਤੇਜ਼ ਹੋ ਗਈ ਹੈ, ਰਫਤਾਰ ਜ਼ਿੰਦਗੀ ਦੀ ਇੰਨੀ ਵੱਧ ਗਈ ਹੈ, ਅਤੇ ਜ਼ਿੰਮੇਵਾਰੀਆਂ ਵੀ ਨਾਲ ਦੀ ਨਾਲ ਬਹੁਤ ਵੱਧ ਗਈਆਂ। ਤੁਸੀਂ ਜੇ ਸਿਰਫ ਇੱਕ ਜਨਰੇਸ਼ਨ ਪਿੱਛੇ ਚਲੇ ਜਾਓ, ਸਾਡੇ ਬਜ਼ੁਰਗਾਂ ਦੀ ਜਨਰੇਸ਼ਨ ਵੇਲੇ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਹਾਂਜੀ, ਲੇਡ ਬੈਕ ਜਾਂ ਲਾਈਫ ਸਟਾਈਲ ਸੀ,
ਜੇ ਕੋਈ ਪਿੰਡ 'ਚ ਕੋਈ ਕਿਸੇ ਨੂੰ ਰਾਹ ਪੁੱਛਦਾ ਸੀ ਤਾਂ ਉਹਨੂੰ ਕਹਿੰਦੇ ਚਲੋ ਮੈਂ ਹੀ ਤੈਨੂੰ ਛੱਡਿਆ ਮੈਂ ਛੱਡ ਇੰਨਾ ਕੇ ਟਾਈਮ। ਆਵਾਂਗੇ ਬਿਲਕੁਲ। ਤੇ ਹੁਣ ਤੁਸੀਂ ਦੇਖੋ ਵੀ ਲੋਕਾਂ ਕੋਲ ਆਪਣੇ ਜਿਹੜੇ ਬਹੁਤ ਨੇੜੇ ਦੇ ਰਿਸ਼ਤੇਦਾਰ ਜਾਂ ਘਰ ਦੇ ਮੈਂਬਰ ਉਹਨਾਂ ਨਾਲ ਵੀ ਬੈਠ ਕੇ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ। ਇੱਥੇ ਵੀ ਇੰਡੀਆ ਦੇ ਵਿੱਚ ਵੀ ਭੱਜ ਦੌੜ ਬਹੁਤ ਹੈ, ਯੂਨੋ ਜੌਬਾਂ ਦੀ ਸਟ੍ਰੈਸ ਬੜੀ ਹੈ, ਕੰਮ ਦੀ ਹੈ, ਫਿਰ ਜੁਆਇੰਟ ਫੈਮਿਲੀਜ਼ ਨਹੀਂ ਰਹੀਆਂ। ਕਿੱਥੇ ਦੇਖ ਲਓ ਜਦੋਂ ਬੱਚੇ ਯੂਨੋ ਇੱਕ ਵਿੱਚ ਵਿਆਹ ਹੁੰਦੇ ਸੀ ਤੇ ਉਹਨਾਂ ਨੂੰ ਕਈ ਕਈ ਸਾਲ ਇੱਕ ਦੀ ਜ਼ਿੰਮੇਵਾਰੀ ਨਹੀਂ ਸੀ ਹੁੰਦੀ ਵੀ ਉਹਨਾਂ ਨੇ ਕਿੱਥੇ ਜਾਣਾ, ਕੀ ਸੋਸ਼ਲ ਆਬਲੀਗੇਸ਼ਨਸ ਨੇ। ਹੁਣ ਵਿਆਹ ਹੁੰਦਾ ਉਹ ਅਲੱਗ ਹੋ ਜਾਂਦੇ ਨੇ, ਉਹਨਾਂ ਨੂੰ ਸਾਰੇ ਭਾਰ ਇੱਕਦਮ ਆਪਣੇ ਨੂੰ ਸੈੱਟ ਵੀ ਕਰਨਾ ਹੁੰਦਾ, ਫਿਰ ਪਲੱਸ ਯੂਨੋ ਜਿਹੜੀਆਂ ਉਹਨਾਂ ਦੀ ਜ਼ਿੰਮੇਵਾਰੀਆਂ ਵੀ ਨਾਲ ਦੀ ਨਾਲ ਵੱਧ ਜਾਂਦੀਆਂ, ਉਹ ਫਿਰ ਕਈ ਵਾਰੀ ਇਕੱਲਾ ਮਹਿਸੂਸ ਕਰਦੇ ਨੇ। ਸੋ ਇਹ ਜਿਹੜੀ ਗੱਲ ਹੈ ਨਾ, ਇਹ 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 ਵੱਧ ਰਹੀ ਹੈ, ਇਹਨੂੰ ਇਹ ਸਗੋਂ ਘਟਣਾ ਚਾਹੀਦਾ। ਸਾਡੀਆਂ ਇੱਕ ਦੂਜੇ ਨਾਲ ਜਿਹੜੀ ਸਾਡੀ ਕਮਿਊਨੀਕੇਸ਼ਨ ਹੈ ਜਾਂ ਇੱਕ ਦੂਜੇ ਦੀ ਜਿਹੜੀ ਸਪੋਰਟ ਹੈ ਉਹਦੀ ਬੜੀ ਲੋੜ ਹੈ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਜੀ ਜਿਹੜੀ ਨਾ ਲਾਈਫ ਨੂੰ ਥੋੜਾ ਜਿਹਾ ਬਹੁਤਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ। ਦੇਖੋ ਜਿਹੜੀ ਮਨੀ ਦੀ ਇੱਕ ਵੈਲਿਊ ਹੈ ਪਰ ਬਿਯੋਂਡ ਦੈਟ ਉਹਦੀ ਕੋਈ ਏਡੀ ਖਾਸ ਵੈਲਿਊ ਨਹੀਂ ਹੈ। ਸੋ ਇਸ ਕਰਕੇ ਆਪਣਿਆਂ ਨੂੰ ਬੈਲੈਂਸ ਜ਼ਰੂਰ ਦੇਖੋ। ਜੇ ਤੁਸੀਂ ਤੁਹਾਡਾ ਬਿਜ਼ਨਸ ਵਧੀਆ ਚੱਲ ਜਾਏ, ਤੁਹਾਡੇ ਕੋਲ ਜੋਬ ਇੱਦਾਂ ਦੀ ਹੈ ਵੀ ਪਰਮਾਤਮਾ ਨੇ ਤੁਹਾਨੂੰ ਬਹੁਤ ਦਿੱਤਾ, ਤੇ ਮੋਸਟ ਵੈਲਕਮ ਨੂੰ ਵਧੀਆ ਤਰ੍ਹਾਂ ਯੂਜ਼ ਕਰੋ। ਪਰ ਜੇ ਆਪਾਂ ਪੈਸੇ ਕਮਾਉਣ ਦੀ ਖਾਤਰ ਬਾਕੀ ਸਾਰਾ ਕੁਛ ਜਿਹੜਾ ਉਹ ਆਪਾਂ ਭੁੱਲ ਜਾਂਦੇ ਹਾਂ ਜਾਂ ਜਿਹੜੀਆਂ ਹੋਰ ਜ਼ਿੰਮੇਵਾਰੀਆਂ ਨੂੰ ਆਪਾਂ ਇਗਨੋਰ ਕਰਦੇ ਹਾਂ, ਉਹਦੇ ਵਿੱਚ ਹੀ ਆਪਣੀ ਸਿਹਤ ਦੀ ਗੱਲ ਆ ਜਾਂਦੀ। ਆਪਣੀ ਸਿਹਤ ਨੂੰ ਜੇ ਆਪਾਂ ਇਗਨੋਰ ਕਰਦੇ ਹਾਂ ਤੇ ਫਿਰ ਇਵੈਂਚੁਅਲੀ ਉਹਦਾ ਇਹ ਡਿਪਰੈਸ਼ਨ ਤੇ ਇੱਕ ਬਿਮਾਰੀ ਹੋਰ ਬਹੁਤ ਬਿਮਾਰੀਆਂ ਲੱਗਦੀਆਂ। ਜਿਵੇਂ ਉਹ ਕਹਿੰਦੇ ਨਾ ਜੀ, ਮੇਰੀ ਉਹ ਹੈਲਥ ਗਾਰਡ ਜਿਹਨੇ ਮੈਂ ਬੁੱਕ ਲਿਖੀ ਉਹਦੇ 'ਚ ਵੀ ਮੈਂ ਇਹ ਗੱਲ ਮੈਂਸ਼ਨ ਕੀਤੀ ਸੀ ਕਿ ਲੋਕ ਪਹਿਲਾਂ ਪੈਸਾ ਕਮਾਉਣ ਲਈ ਇਹਨੂੰ ਆਪਣੀ ਸਿਹਤ ਨੂੰ ਇਗਨੋਰ ਕਰਦੇ ਆ, ਫਿਰ ਜਦੋਂ ਬਿਮਾਰ ਹੋ ਜਾਂਦੇ ਆ ਤਾਂ ਉਹੀ ਪੈਸਾ ਜਿਹੜਾ ਕਮਾਇਆ ਹੁੰਦਾ ਆਪਣੀ ਸਿਹਤ ਠੀਕ ਕਰਨ ਨੂੰ ਖਰਚ ਕਰ ਦਿੰਦੇ ਖਰਚ ਕਰਦੇ ਆ। ਸੋ ਇਹਨੂੰ ਆਪਣੇ ਆਪ ਨੂੰ ਜਿਹੜੀਆਂ ਲਾਈਫ ਦੀਆਂ ਪ੍ਰਾਇਓਰਿਟੀਜ਼ ਨੇ ਉਹ ਜ਼ਰੂਰ ਸੋਚਣਾ ਚਾਹੀਦਾ ਬੈਠ ਕੇ ਵੀ ਕੀ ਜ਼ਰੂਰੀ ਹੈ, ਕੀ ਇੰਪੋਰਟੈਂਟ ਹੈ, ਅਤੇ ਬੈਲੈਂਸ ਰੱਖਣਾ ਚਾਹੀਦਾ। ਸੋ ਡਿਪਰੈਸ਼ਨ ਇੱਕ ਬੜੀ ਬੜੀ ਨਾਮਰਾਦ ਬਿਮਾਰੀ ਹੈ ਅਤੇ ਇਹਦਾ ਇਲਾਜ ਵੀ ਹੈ ਅਤੇ ਬੜੀ ਕਾਮਨ ਹੈ, ਅਤੇ ਇਹਨੂੰ ਲੁਕਾਉਣਾ ਵੀ ਨਹੀਂ ਚਾਹੀਦਾ, ਇਹਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ। ਨਹੀਂ ਇਹਦੇ 'ਚ ਪਤਾ ਕਿਵੇਂ ਲੱਗਦਾ ਡਾਕਟਰ ਸਾਹਿਬ, ਕਿ ਬੰਦੇ ਨੂੰ ਖੁਦ ਨੂੰ ਪਤਾ ਲੱਗਦਾ ਹੈ ਜਾਂ ਆਲੇ ਦੁਆਲੇ ਦੂਸਰੇ ਲੋਕਾਂ ਨੂੰ ਪਤਾ ਲੱਗਦਾ, ਘਰ ਦੇ ਲੋਕਾਂ ਨੂੰ ਪਤਾ ਲੱਗਦਾ ਵੀ ਹੁਣ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਲੱਛਣ ਕੀ ਨੇ, ਕੀ ਪਤਾ ਲੱਗਦਾ? ਇਹ ਦੋਨੇ ਪਾਸੇ ਜੀ, ਆਪ ਨੂੰ ਵੀ ਲੱਗਣ ਲੱਗ ਜਾਂਦਾ ਤੇ ਦੂਸਰਿਆਂ ਨੂੰ ਵੀ ਲੱਗਣ ਲੱਗ ਜਾਂਦਾ। ਪਹਿਲਾਂ ਸ਼ੁਰੂਆਤ ਤਾਂ ਬੰਦੇ ਦੀ ਪਰਸਨੈਲਿਟੀ ਚੇਂਜ ਹੋਣ ਲੱਗ, ਜਿਹੜਾ ਬੰਦਾ ਬਹੁਤ ਖੁੱਲਦਲਾ ਹਸਮੁਖ ਹੈ ਤੇ ਉਹ ਥੋੜਾ ਚੁੱਪ ਰਹਿਣ ਲੱਗ ਜਾਂਦਾ, ਤੇ ਜਦੋਂ ਥੋੜੀ ਡਿਪਰੈਸ਼ਨ ਜ਼ਿਆਦਾ ਵੱਧਦੀ ਆ ਫਿਰ ਨੀਂਦ ਤੇ ਬੜਾ ਫਰਕ ਪੈਂਦਾ, ਨੀਂਦ ਘੱਟ ਆਉਂਦੀ ਜਾਂ ਨਹੀਂ ਆਉਂਦੀ, ਜਾਂ ਭੁੱਖ ਘੱਟ ਜਾਂਦੀ ਹੈ। ਕਈ ਵਾਰੀ ਉਹ ਡਿਪਰੈਸ਼ਨ 'ਚ ਬੰਦੇ ਕਿ ਜ਼ਿਆਦਾ ਖਾਣ ਲੱਗ ਜਾਂਦੇ ਆ, ਕਈ ਘੱਟ ਖਾਣ ਲੱਗ ਜਾਂਦੇ ਆ, ਕਈਆਂ ਦਾ ਵੇਟ ਘਟਣ ਲੱਗ ਜਾਂਦਾ, ਕਈਆਂ ਦਾ ਵੇਟ ਵਧਣ ਲੱਗ ਜਾਂਦਾ। ਅੱਛਾ ਜੀ। ਜ਼ਿਆਦਾ ਜਿਹੜੀ ਗੱਲ ਹੈ ਨਾ, ਸਭ ਤੋਂ ਜਿਹੜਾ ਮੇਨ ਜੇ ਇੱਕ ਪੁਆਇੰਟ ਯਾਦ ਰੱਖਣਾ ਹੋਵੇ ਤਾਂ ਇਹ ਹੈ ਕਿ ਜਿਹੜੇ ਬੰਦੇ ਨੂੰ ਇੱਦਾਂ ਲੱਗਣ ਲੱਗ ਜਾਂਦਾ ਵੀ ਜਿਹੜੇ ਤੁਹਾਡੇ ਸ਼ੌਕ ਹੁੰਦੇ ਆ ਤੇ ਉਹ ਤੁਹਾਨੂੰ ਖੁਸ਼ੀ ਦੇਣ ਵਾਲੀਆਂ ਚੀਜ਼ਾਂ ਉਹ ਤੁਹਾਨੂੰ ਕੋਈ ਲੱਭਦੀ ਨਹੀਂ। ਜਿਵੇਂ ਕਿਸੇ ਬੰਦੇ ਨੂੰ ਚਲੋ ਜੀ ਮਿਊਜ਼ਿਕ ਸੁਣਨ ਦਾ ਸ਼ੌਕ ਹੈ ਤੇ ਉਹ ਗਾਣੇ ਸੁਣਦਾ ਤਾਂ ਉਹਨੂੰ ਉਹਦਾ ਹੁਣ ਗਾਣੇ ਸੁਣਨ ਨੂੰ ਦਿਲ ਹੀ ਨਹੀਂ ਕਰਦਾ, ਕੋਈ ਮੂਵੀਜ਼ ਦੇਖਦਾ ਉਹ ਮੂਵੀ ਦੇਖਣ ਨੂੰ ਦਿਲ ਹੀ ਨਹੀਂ ਕਰਦਾ। ਕਈਆਂ ਦਾ ਯਾਰਾਂ ਦੋਸਤਾਂ ਨਾਲ ਬੈਠ ਕੇ ਆਪਾਂ ਕੋਈ ਗੱਲਬਾਤ ਕਰਨੀ, ਉਹਦਾ ਕਿਸੇ ਨੂੰ ਮਿਲਣ ਨੂੰ ਦਿਲ ਨਹੀਂ ਕਰਦਾ, ਰਾਤ ਨੂੰ ਸੌਣ ਨੂੰ ਬੈਠਦੇ ਹੋ ਤਾਂ ਨੀਂਦ ਨਹੀਂ ਆਉਂਦੀ, ਜਾਂ ਤੁਹਾਨੂੰ ਇੰਨਾ ਕਈ ਵਾਰੀ ਫਿਕਰ ਹੁੰਦਾ ਜਿਹੜੀਆਂ ਗੱਲਾਂ ਤੁਹਾਨੂੰ ਲੱਗਦਾ ਵੀ ਯਾਰ ਮੈਂ ਕਰ ਵੀ ਕੁਛ ਨਹੀਂ ਸਕਦਾ, ਤੇ ਫਿਕਰ ਵੀ ਬਹੁਤ ਨੇ, ਤੇ ਉਹ ਫਿਕਰ ਵੀ ਕਈ ਵਾਰੀ ਇੱਦਾਂ ਦੀਆਂ ਗੱਲਾਂ ਦੇ ਹੁੰਦੇ ਜਿਹਨਾਂ ਦਾ ਕੋਈ ਬਹੁਤਾ ਮਤਲਬ ਵੀ ਨਹੀਂ ਹੁੰਦਾ। ਜੇ ਤੁਹਾਨੂੰ ਕੋਈ ਵੀ ਗੱਲ ਲੱਗਦੀ ਆ ਤਾਂ ਜ਼ਰੂਰ ਕਿਸੇ ਨਾ ਕਿਸੇ ਨਾਲ ਕਰਨੀ ਚਾਹੀਦੀ ਆ, ਨੀਮ ਹਕੀਮ ਨਾਲ ਨਹੀਂ ਕਰਨੀ ਚਾਹੀਦੀ, ਕਿਸੇ ਚੰਗਾ ਦੋਸਤ ਆ ਤੁਹਾਡਾ ਜਿਹੜਾ ਦਿਲੀ ਜਿਗਰੀ ਯਾਰ ਆ ਉਹਦੇ ਨਾਲ ਕਰਨੀ ਚਾਹੀਦੀ ਆ, ਆਪਣੇ ਘਰ 'ਚ ਕਰਨੀ ਚਾਹੀਦੀ ਆ, ਆਪਣੇ ਡਾਕਟਰ ਨਾਲ ਕਰਨੀ ਚਾਹੀਦੀ। ਜੀ ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ, ਬੜੀ ਭਰਪੂਰ ਜਾਣਕਾਰੀ ਜਿਹੜੀ ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਦਿੱਤੀ ਆ, ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਤੇ ਅਖੀਰ ਦੇ ਵਿੱਚ ਕੋਈ ਦੋ ਸ਼ਬਦ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ? ਨਹੀਂ ਭਾਜੀ, ਖੁਸ਼ ਰਹੋ ਸਾਰੇ, ਥੈਂਕ ਯੂ ਤੁਹਾਡਾ ਟਾਈਮ ਦਿੱਤਾ। ਜੀ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਸਾਹਿਬ, ਜੋ ਕਿ ਫੇਅਰ ਫੀਲਡ ਦੇ ਵਿੱਚ ਇਹਨਾਂ ਦੀ ਪ੍ਰੈਕਟਿਸ ਹੈਗੀ ਆ, ਔਰ ਕਮਿਊਨਿਟੀ ਦੇ ਵਿੱਚ ਵਿਚਰਦੇ ਨੇ, ਹਰ ਚੰਗੇ ਕੰਮ ਵਾਸਤੇ ਕਿਤੇ ਵੀ ਕੋਈ ਲੋੜ ਪੈਂਦੀ ਆ ਕਮਿਊਨਿਟੀ ਨੂੰ ਤਾਂ ਉੱਥੇ ਵੀ ਇਹ ਪਹੁੰਚਦੇ ਨੇ। ਸੋ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਧੁੱਗਾ ਸਾਹਿਬ ਦਾ, ਅਤੇ ਤੁਹਾਡਾ ਸਭ ਦਾ ਵੀ ਬਹੁਤ ਧੰਨਵਾਦ ਕਰਦੇ ਜੀ, ਦਰਸ਼ਕਾਂ ਦਾ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਦੇਖਿਆ, ਨਾਲ ਜੁੜੇ ਜਸ ਪੰਜਾਬੀ ਦੇ, ਜਸ ਪੰਜਾਬੀ ਦੀ ਟੀਮ ਸਾਡੀ ਇੱਥੇ ਆਈ ਹੋਈ ਨਿਊਯਾਰਕ ਦੇ, ਨਿਊਯਾਰਕ ਤੋਂ ਜਿਹੜੇ ਮੈਡਮ ਸਾਡੇ CEO
पैनी के संधु जी भी आए हुए ने, अशमता भी इधर आए हुए ने, दीपक धीमान साहब जिहड़े ने वो भी इत्थे आए हुए ने। अजकल कैलीफोर्निया दे विच शूटिंगां वगैरह साडियां चल रही ने। सो मैं अखीर दे विच सब नूं बहुत बहुत धन्नवाद करदा। ईमेल कर सकते हो किसी भी गलबात लई jaggi@justbroadcasting.com जां फिर info@justbroadcasting.com। फेसबुक ट्विटर तो इलावा वट्सअप नंबर नाल दी नाल मेरा सैल नंबर 209-450-3328 किते भी संपर्क कर सकते हो। अखीर दे सब नूं प्यार भरी सति श्री अकाल। खुश रहो, खुश रखो, रब रखा। जीवे पंजाब, जीवे पंजाबी। नानक नाम चढ़दी कला, तेरे भाणे सरबत दा भला।